ਨਾਲ ਇੱਕ ਘੰਟਾ ਨਾਮ ਸਿਮਰਨ ਕਰਦੇ ਨੇ, ਉਹ ਉੱਠ ਕੇ ਦਰਸ਼ਨ ਦੇਣ ਜਿਹੜਾ ਜਿਹੜੇ ਸਿੰਘ ਇੱਕ ਘੰਟਾ ਨਾਮ ਸਿਮਰਨ ਰੋਜ਼ ਨਿਯਮ ਨਾਲ ਕਰਦੇ ਨੇ ਉਹ ਉੱਠ ਕੇ ਦਰਸ਼ਨ ਦੇਣ। ਮੈਂ ਆਖਿਆ ਕਿ ਜਿਹੜੇ ਸਿੰਘ ਨਿਯਮ ਨਾਲ ਰੋਜ਼ ਨਾਮ ਸਿਮਰਨ ਕਰਦੇ ਨੇ ਘੰਟਾ ਉਹ ਉੱਠ ਕੇ ਦਰਸ਼ਨ ਦੇਣ। ਚੱਲਦਾ ਮੁੰਡਾ ਕੋਈ ਨਹੀਂ ਚੱਲਦਾ ਹੋਣਾ, ਫਿਰ ਉੱਠਿਆ ਘਰ ਵਾਲੇ ਜਿਹੜੇ ਨੇ ਸਾਰਾ ਸਿੰਘ ਉਹਨਾਂ ਦਾ ਮੁੰਡਾ ਹੀ ਸਾਡੇ ਕੋਲ ਜਾਣਾ, ਕੀ ਨਾਂ ਉਹਦਾ? ਚੰਗਾ ਜੀ। ਚੰਦਾ ਕਿੱਥੇ ਆ? ਚੰਦਾ ਚੰਦਾ ਤੁਹਾਨੂੰ ਪਤਾ ਹੈ ਨਹੀਂ ਇੱਥੇ, ਇਹਨਾਂ ਦਾ ਮੁੰਡਾ ਵੀ ਇਹਨਾਂ ਨੂੰ ਪਤਾ ਹੋਣਾ ਹੀ ਕੀ ਕਰਦਾ। ਅੱਛਾ ਤੁਸੀਂ ਹੁਣ ਬਹਿ ਜਾ ਸਾਰੇ, ਜਿਹੜੇ ਨਹੀਂ ਨਾਮ ਸਿਮਰਨ ਕਰਦੇ ਉਹਨਾਂ ਨੂੰ ਤਾਂ ਆਖਣ ਦੀ ਲੋੜ ਨਹੀਂ, ਪਤਾ ਲੱਗ ਹੀ ਗਿਆ ਬਾਕੀ ਕਿਹੜੇ ਨਹੀਂ ਕਰਦੇ। ਇੱਕ ਘੰਟਾ ਦੱਸੋ, ਉਹ ਬਹੁਤ ਵੱਡੀ ਗੱਲ ਹੈ, ਖ਼ਬਰਾਂ ਦਾ ਬਹੁਤ ਥੋੜ੍ਹਾ ਜਿਹਾ। 24 ਘੰਟੇ ਸਾਨੂੰ ਨਾਮ ਸਿਮਰਨ ਦਾ ਹੁਕਮ ਹੈ, ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਟੀਲਾ। ਅਤੇ ਇੱਕ ਘੰਟਾ ਵੀ, ਅਤੇ ਹੁਣ ਮੈਂ ਇਹ ਅਰਜ਼ ਕਰਦਾ ਵੀ ਅੱਜ ਤੋਂ ਜਿਹੜੇ ਸਿੰਘ ਰੋਜ਼ ਇੱਕ ਘੰਟਾ ਨਾਮ ਸਿਮਰਨ ਕਰਿਆ ਕਰਨਗੇ ਨਾ, ਇਹ ਜਿਹੜੇ ਇਹ ਬੈਠੇ ਰਹਿਣ, ਜਿਹੜੇ ਨਵੇਂ ਹੋਰ ਜਿਹਨਾਂ ਨੇ ਨਹੀਂ ਅੱਗੇ ਕੀਤਾ, ਉਹ ਕਿਹੜੇ ਸਿੰਘ ਨੇ ਜਿਹੜੇ ਅੱਜ ਤੋਂ ਇੱਕ ਘੰਟਾ ਨਾਮ ਸਿਮਰਨ ਕਰਿਆ ਕਰਨਗੇ?
ਹਰ ਭਗਤ ਦ੍ਰਿੜ ਮਿਲ ਸਾਧ ਨਾਨਕ ਮੇਰੇ ਕਾਮ ਆਉ ਕੇ ਮੈਂ ਗਿਰ ਸਕਦਾ ਆਖਰ ਨਹੀਂ ਮਿਲਦਾ ਤੁਹਾਨੂੰ ਇੱਥੋਂ ਪੁਰਾਣੇ ਵਾਲੇ ਨੂੰ ਜ਼ਰੂਰ ਪਤਾ ਹੋਊਗਾ ਇੱਥੇ ਮੇਰਾ ਖਿਆਲ ਬਾਜੀਗਰ ਮੈਂਬਰੀਆਂ ਤੋਂ ਤੇ ਹੋਰ ਵੋਟਾਂ ਤੋਂ ਇੰਨੇ ਇੰਨੇ ਝਗੜੇ ਪਾਉਂਦੇ ਨੇ ਤੇ ਇੰਨਾ ਉਹਦੇ ਨਾਲ ਵੱਜਦੇ ਨੇ ਪੀੜ ਜਾਂਦੇ ਨੇ ਜਿਸ ਤਰ੍ਹਾਂ ਵਿੱਚੋਂ ਜੇ ਲਾਇਆ ਨਾ ਪੀੜ ਹੁੰਦੀ ਹੈ ਇਹ ਹਾਲਤ ਰਹੀ ਹੈ ਉਹ ਮੈਨੂੰ ਉਹਦੀ ਯਾਦ ਆਈ ਜ਼ਰੂਰ ਲੱਗਦੀ ਅਤੇ ਉਹਨੇ ਬਹੁਤ ਵਧੀਆ ਕੰਮ ਕਰ ਦਿੱਤਾ ਤੁਹਾਡਾ ਹੀ ਬਹੁਤ ਵਧੀਆ ਨਹੀਂ
ਨੌਜਵਾਨਾਂ ਦੀ ਇੰਨੀ ਆਈ ਬੜੇ ਖੁਸ਼ ਹੋਏ ਵੀ ਸਾਡੇ ਨੌਜਵਾਨਾਂ ਵਿੱਚ ਪ੍ਰੋਫ ਬਲ ਆ ਸਨ ਤੇ ਮੈਂ ਦੂਸਰਿਆਂ ਨੂੰ ਵੀ ਅਰਜ਼ ਕਰਾਂਗਾ ਬਈ ਜੇ ਸੂਬਾ ਸੁਜੇਤ ਸਿੰਘ ਵੀ ਸੂਬਾ ਹੈਗੇ ਨੇ ਪਰ ਦੂਸਰੇ ਵੀ ਜਿਹੜੇ ਸਿੰਘ ਨੇ ਆਪਣੇ ਨੌਜਵਾਨ ਉਹ ਇੰਨਾ ਹੀ ਇੰਨੀ ਜ਼ਿੰਮੇਵਾਰੀ ਸਮਝਣ ਜਿੰਨੀ ਸੂਬੇ ਸੁਜੇਤ ਸਿੰਘ ਹੋਰਾਂ ਦੀ ਹੈ ਇਸ ਵਾਸਤੇ ਨਹੀਂ ਕੋਈ ਉਸਕੇ ਬਾਅਦ ਮੇਰੀ ਵਾਰੀ ਆਏਗੀ ਕਿਉਂ ਨਹੀਂ ਸੇਵਾ ਸਾਹਮਣ ਦੀ ਗੱਲ ਇੱਕ ਤੇਜਾ ਸਿੰਘ ਸਿੰਘ ਨਾਲ ਰੰਧਾਵਿਆਂ ਦਾ ਸੀ ਤੇਰਾ ਖਿਆਲ ਜਿਹਾ ਪਤਾ ਨਹੀਂ ਤੇਜਾ ਸਿੰਘ ਸਿੰਘ ਉਹ ਆਮ ਸਧਾਰਨ ਜਿਹਾ ਆਦਮੀ ਸੀ ਸਾਹ ਸਿੰਘ ਰਿਸ਼ਤੇਦਾਰੀ ਦਾ ਸੀ ਉਹਨੂੰ ਕਿਸੇ ਨੇ ਆਖਿਆ ਵੀ ਤੂੰ ਜਿਹੜਾ ਕਾਲਜ ਸਕੂਲਾਂ ਨੂੰ ਜਾ ਕੇ ਉਹਨਾਂ ਨੇ ਭਾਂਡੇ ਮੱਝ ਜਾਣਾ ਉਹਨੂੰ ਕਿਸੇ ਨੇ ਆਖਿਆ ਤੂੰ ਇੱਥੇ ਬਹੁਤ ਘੱਟ ਆ ਕਹਿੰਦਾ ਇੱਥੇ ਮੈਨੂੰ ਸੰਤ ਜੀ ਆ ਕੇ ਉਹਨਾਂ ਨੇ ਮੇਰਾ ਦਿਮਾਗ ਖਰਾਬ ਕਰ ਦਿੰਦੇ ਨੇ ਇਸ ਵਾਸਤੇ ਮੈਂ ਉੱਥੇ ਘੱਟ ਆਉਂਦੀ ਅਤੇ ਸਾਡਾ ਜੀ ਉੱਥੇ ਜਾਣ ਨੂੰ ਕਰਦਾ ਜਿੱਥੇ ਸਾਨੂੰ ਬਹੁਤ ਸਾਰੇ ਜੀ ਆਖ ਭਾਈ ਗੁਰਦਾਸ ਜੀ ਨੇ ਲਿਖਿਆ ਦੁਆਰ ਮੰਗਣ ਪਿਸਾਰੀ ਦੀਨ ਦੇਖ ਕੇ ਅਧੀਨਤਾ ਨਿਰਾਸ਼ੋ ਨਾ ਵਿਡਾਰ ਹੈ ਫਿਰ ਗੱਲ ਤੋਂ ਮੰਗਣ ਵਾਲਾ ਆ ਜਾਏ ਨਾ ਉਹਨੇ ਨੇ ਉਹ ਪਠਾਣ ਜਿਹੜੇ ਉਹ ਭਾਈ ਖੈਰ ਭਾ ਉਸ ਤੋਂ ਨਹੀਂ ਦੇਖ ਕੇ ਅਧੀਨਤਾ ਨਿਰਾਸ਼ੋ ਨਾ ਵਿਡਾਰ ਹੈ ਉਹਦੀ ਅਧੀਨਤਾ ਵੇਖ ਕੇ ਨਾ ਉਹਨੂੰ ਕੁਛ ਨਾ ਕੁਛ ਜ਼ਰੂਰ ਦੇ ਦਿੰਦਾ ਘਰ ਵਾਲਾ ਦੇਸ਼ ਕਾ ਅਧੀਨਤਾ ਨਿਰਾਸ਼ੋ ਨਾ ਵਿਡਾਰ ਹੈ ਵੈਕਤ ਹੈ ਜਾਕਰ ਦੁਆਰ ਆਸਾ ਤੋਂ ਵਿਡਾਰ ਸਾਨ ਹੋਰ ਸਾਰੇ ਘਰ ਛੱਡ ਕੇ ਕੁੱਤਾ ਜਿਹੜਾ ਜਿਹਦੇ ਘਰ ਬਹਿ ਜਾਂਦਾ ਨਾ ਅੰਤ ਕਰਨਾ ਕਹਿ ਚੀਜ਼ ਤੋਰ ਪਾਏ ਡਰ ਹੈ ਉਹਨੂੰ ਵੇਖਦਾ ਸੀ ਇਹ ਕਿਤੇ ਨਹੀਂ ਜਾਂਦਾ ਉਹਨੇ ਇੱਥੇ ਰੋਟੀ ਖਾਣੀ ਅਖੀਰ ਨੂੰ ਉਹਨੂੰ ਪ੍ਰਸ਼ਾਦਾ ਪਾ ਹੀ ਦਿੰਦਾ ਪਾਇਨ ਕੀ ਪਨਹੀ ਰਾਤ ਪਰ ਹਰੀ ਭਰੀ ਜੋੜਾ ਲਾ ਕੇ ਚਰਨ ਹੋ ਗਏ ਦੁਆਣ ਕੇ ਆ ਜਾਂਦੇ ਕਿਸੇ ਕੰਮ ਦੋ ਪੰਜੇ ਸਵੇਰੇ ਜੀ ਜਾ ਕੇ ਫਿਰ ਜੋੜਾ ਪਾ ਕੇ ਵਾਪਸ ਚਲੇ ਜਾਂਦੇ ਤਾਜ ਉਸ ਚਲ ਤੋਂ ਸਵਾਰ ਹੈ ਅਖੀਰਲੀ ਚੌਥੀ ਪੁੱਛ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਡ ਅਹੰਕਾਰ ਸਾਰ ਹੋਏ ਗੁਰਮਾਰਗ ਨੇ ਤਬਾਹੀ ਦੱਬ ਜੇ ਸਾਈਂ ਲੋੜ ਹੈ ਸਭ ਕੁਛ ਚੀਜ਼ਾਂ ਹੈ ਵਿਆਹ ਲਤਾੜੀਏ ਤਾਂ ਸਾਈਂ ਦਾ ਦਰਬਾਰੀਏ ਸਾਡ ਅਹੰਕਾਰ ਸਾਰ ਹੋਏ ਗੁਰਮਾਰਗ ਮੈਂ ਸਭ ਨੂੰ ਦਇਆ ਕਹਿ ਦਿਆਲ ਭਗਤਾਰ ਕਬੀਰ ਜੀ ਨੇ ਲਿਖਿਆ ਕਿਸੇ ਕਿਸੇ ਟੁੱਟੀ ਹੈ ਨਾ ਸੋਈ ਹੈ ਸਾਰ ਰਾਤ ਦੇ ਉਸ ਟੁੱਟਣੇ ਕਦ ਨੂੰ ਦੱਸਣਾ ਸੁਧਾਰ ਤੇ ਉਹ ਰਾਹ ਪਿਆਰ ਕਰੋ ਦੁਨੀਆਂ ਵਿੱਚ ਵਿਚਰ ਕੇ ਦੁਨੀਆਂ ਵਿੱਚ ਰਹਿੰਦਿਆਂ ਹੋਇਆ ਧਿਆਨ ਜਿਹੜਾ ਉਹ ਇਸ ਪਾਸੇ ਹੋਵੇ ਤੇ ਕਦੋਂ ਸਾਨੂੰ ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਹੋਣ ਮੈਨੂੰ ਗੱਲ ਯਾਦ ਆ ਗਈ ਹੈ ਤੇ ਪੁਰਜਾਂਗਰ ਪੰਡਿਤ ਜੀ ਦੱਸ ਵੀ ਦੇਣਗੇ ਇੱਕ ਹਜ਼ਾਰਾ ਸਿੰਘ ਨੀਲਿਆਂ ਵਾਲੀ ਦਾ ਹੁੰਦਾ ਸੀ ਚੜਾਈ ਕਰ ਗਿਆ ਮਿਸਤਰੀ ਸਿੰਘ ਸੀ ਅੱਧਾ ਕਰਮ ਸਰ ਜਗ੍ਹਾ ਨਾਲ ਹੁੰਦਾ ਸੀ ਅੱਧਾ ਹਾਲ ਫੁਰ ਰਿਹਾ ਉਹ ਸੰਤਾ ਕਰਮ ਸਿੰਘ ਜਦੋਂ ਕਿ ਆਇਆ ਤੇ ਉਹਨੇ ਇੱਛਾ ਪ੍ਰਗਟ ਕੀਤੀ ਮੈਨੂੰ ਦਰਸ਼ਨ ਕਰਾਓ ਸਤਿਗੁਰਾਂ ਦੇ ਨਨਕਾਣਾ ਸਾਹਿਬ ਦਾ ਜਨਮ ਮਨਾਉਣ ਜਾਂਦੇ ਨੇ ਬਹੁਤ ਸਾਰੇ ਕਹਿੰਦਾ ਮੈਂ ਇੱਥੇ ਬਹਿ ਕੇ ਨਾ ਜਾਵਾਂ ਮਰ ਜਾਣਾ ਜਾਵਾਂ ਦਰਸ਼ਨ ਸਤਿਗੁਰਾਂ ਕਰਾ ਦੇ ਗੁਰੂ ਨਾਨਕ ਸਿੰਘ ਜੀ ਨੂੰ ਸਾਰਿਆਂ ਨੂੰ ਦਰਸ਼ਨ ਕਰਾ ਤੂੰ ਅੱਜ ਸਾਡੇ ਨਾਲ ਆਓ ਤੁਹਾਨੂੰ ਦਰਸ਼ਨ ਕਰਾਵਾਂਗੇ ਚਾਲੀ ਦਿਨ ਰਹੋ ਸਾਡੇ ਨਾਲ ਚਾਲੀ ਦਿਨ ਜਿਹੜੇ ਹੋ ਗਏ ਚਾਲੀਵੇਂ ਦਿਨ ਸੀ ਜਿਸ ਦਿਨ ਉਹਨੇ ਆਖਿਆ ਸਾਂਝੀ ਮੈਨੂੰ ਚਾਲੀਵੇਂ ਦਿਨ ਹੋ ਗਿਆ ਦਰਸ਼ਨ ਤਾਂ ਮੈਨੂੰ ਨਹੀਂ ਹੋਏ ਉਹਨਾਂ ਨੇ ਆਖਿਆ ਵੀ ਤੂੰ ਇਸ ਤਰ੍ਹਾਂ ਬੈਠ ਕੇ ਭਜਨ ਕਰ ਅਤੇ ਸਤਿਗੁਰਾਂ ਨੂੰ ਯਾਦ ਕਰ ਉਹਦੇ ਦਰਸ਼ਨ ਮੁਤਾਬਕ ਉਹ ਬੈਠਾ
ਗੁਰੂ ਨਾਨਕ ਤੋਂ ਲੈ ਕੇ ਇੱਕ ਗੁਰੂ ਸਾਹਿਬ ਉੱਥੋਂ ਆਏ ਨੇ, ਪ੍ਰਕਾਸ਼ ਕਰਦਾ ਆ, ਉੱਥੇ ਉਹਨਾਂ ਕਿਹਾ ਤੁਸੀਂ ਕੁਛ ਛਾਉਣਾ ਉਹਦੇ ਵਿਚਾਰ ਕਰ ਲੈ, ਇਹ ਨਾ ਅਸੀਂ ਮੈਨੂੰ ਭੁਲੇਖੇ 'ਚ ਦਰਸ਼ਨ ਹੋਏ ਨੇ। ਤੇ ਉਹ ਤੋਂ ਗੁਰੂ ਨਾਨਕ ਆ ਗਿਆ, ਗੁਰੂ ਅੰਗਦ ਆ ਗਿਆ, ਸਾਰੇ ਸਤਿਗੁਰੂ ਬਣੇ, ਸਤਿਗੁਰੂ ਪ੍ਰਕਾਸ਼ ਸਿੰਘ ਸਾਰੇ ਉੱਥੇ ਆ ਕੇ ਸਾਹਮਣੇ ਬੈਠ ਗਏ। ਉਹਨੇ ਫਿਰ ਸਾਰਿਆਂ ਨੂੰ ਸਦਾਈ ਚੁਕਾਈ, ਫਿਰ ਹੁਣ ਨਹੀਂ ਯਾਦ ਰਿਹਾ ਵੀ ਇੱਕ ਸਤਿਗੁਰੂ ਸਨ ਜਿਹਨਾਂ ਨੇ ਸਦਾਈ ਨਹੀਂ ਚੁੱਕੀ, ਉੱਥੇ ਬਾਕੀ ਸਾਰਿਆਂ ਨੇ ਸਦਾਈ ਚੁੱਕੀ। ਤੇ ਸਾਰੀ ਉਹ ਸਦਾਈ ਚੰਗੀ ਹੈ, ਤੇ ਉਹ ਫਿਰ ਉਸਦੇ ਪ੍ਰਕਾਸ਼ ਕਰਨ ਚਲਾ ਗਿਆ, ਸਾਰੇ ਚਲੇ ਗਏ ਸਦੀ। ਫਿਰ ਆਂਦਾ ਮੇਰੀ ਗੱਲ ਕੋਈ ਨਹੀਂ ਹੋਈ, ਮੈਂ ਤੁਹਾਡੀ ਗੱਲ ਆਖਿਆ ਨਹੀਂ, ਤੇਰੀ ਗੱਲਾਂ ਨਹੀਂ ਕਰਾਉਂਦੀ। ਬਹੁਤ ਦੂਰ ਦੀ ਗੱਲ ਹੈ, ਆਹ ਗੁਰਮੁਖ ਸਿੰਘ ਡਰਾਈਵਰ ਹੈ ਜੀ ਜਿਉਂਦਾ, ਉਹ ਵੱਡਾ ਜਿਹੜਾ ਗੁਰਮੁਖ ਸਿੰਘ ਪਹਿਲੋਂ ਮੇਰੇ ਕੋਲ ਆਲਾ ਸਿੰਘ ਹੋਰਾਂ ਦੀਆਂ ਗਊਆਂ ਚਾਰਦਾ ਸੀ, ਚਾਰਦਿਆਂ ਦਿਲ 'ਚ ਆਇਆ ਉਹ ਕਥਾ ਸੁਣਦਾ ਸੀ ਰੋਜ਼, ਕੋਈ ਅੱਜ ਫਲਾਣੇ ਨੂੰ ਗੁਰੂ ਨਾਨਕ ਦਾ ਦਰਸ਼ਨ ਆਇਆ, ਕੋਈ ਰਾਮ ਸਿੰਘ ਦਾ ਆਇਆ, ਸੰਤਾਂ ਨੂੰ ਆਖਣ ਲੱਗਾ ਮੈਨੂੰ ਵੀ ਦਰਸ਼ਨ ਹੋ ਸਕਦਾ, ਸਗੁਰਾਂ ਨੂੰ ਨਾਖਾ ਤਾਂ ਨਹੀਂ ਹੋ ਸਕਦਾ, ਇੱਥੇ ਬਹਿ ਜਾ ਬੈਠ ਕੇ ਭਜਨ ਕਰ ਦੇ, ਸਗੁਰਾਂ ਨੂੰ ਯਾਦ ਕਰ, ਤੈਨੂੰ ਵੀ ਦਰਸ਼ਨ ਹੋ ਜਾਏਗਾ, ਪਰ ਬੋਲੀ ਨਾ। ਆਖਣ ਜੀ ਉਹ ਦੱਸਦਾ ਮੈਨੂੰ ਯਾਦ ਨਹੀਂ, ਪੰਜ ਮਿੰਟ ਸੱਤ ਮਿੰਟ ਜਿੰਨਾ ਚਿਰ ਉਹ ਬੈਠਾ, ਥੋੜ੍ਹੇ ਚਿਰ ਮਿੰਟ ਬੈਠਾ, ਅਤੇ ਸਗੁਰੂ ਪ੍ਰਕਾਸ਼ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਖਲੋ ਗਏ, ਅਤੇ ਉਹਨੂੰ ਉਹ ਚਿੱਤੇ ਭੁੱਲ ਗਿਆ, ਬੋਲਣਾ ਨਹੀਂ, ਅਰੇ ਸਰਜੀ ਸੱਚੇ ਪਾਤਸ਼ਾਹ ਆ ਗਏ, ਸੱਚੇ ਪਾਤਸ਼ਾਹ ਆ ਗਏ, ਉਹਨੇ ਹੀ ਦਰਸ਼ਨ ਹੋਇਆ ਸਾਹ ਸਾਹਿਬ ਜੀ ਸੱਚੇ ਪਾਤਸ਼ਾਹ ਦਰਸ਼ਨ ਲੋਕ ਹੋਇਆ, ਸੱਚੇ ਪਾਤਸ਼ਾਹ ਦੌਰਾ ਕਿਸੇ ਬਾਅਦ। ਫਿਰ ਉਹਦੇ 'ਤੇ ਇੰਨੀ ਕਿਰਪਾ ਸਗੁਰਾਂ ਕੀਤੀ, ਉਹ ਨਾਲ ਉਹਨਾਂ ਗਊਆਂ 'ਤੇ ਲੱਗਾ ਜਿਹੜੀਆਂ ਬਹੁਤ ਵਧੀਆ ਦੁੱਧ ਦਿੰਦੀਆਂ, ਸਗੁਰਾਂ ਦੀ ਉਹਨਾਂ ਗਊਆਂ 'ਤੇ ਬਹੁਤ ਖੁਸ਼ੀ। ਮਨ ਵਿੱਚ ਆ ਗਈ ਗੱਲ ਵੀ ਆਹ ਰਾਮ ਸਿੰਘ ਆਖਿਆ ਮੈਨੂੰ ਇਸ਼ਾਰਾ ਲਿਆ ਦੇ ਜਾਂ ਪਰਨਾ ਲਿਆ ਦੇ, ਉਹਨੇ ਜਵਾਬ ਦਿੱਤਾ ਕਹਿੰਦਾ ਇੰਨੀ ਗੱਲ ਵੀ ਨਹੀਂ ਕਰਨੀ, ਮੈਂ ਲੈਣਾ, ਮੈਂ ਚਲੇ ਜਾਣਾ। ਸਗੁਰਾਂ ਕਿਰਪਾ ਕੀਤੀ, ਸੱਚੇ ਪਿੰਡ ਸੁਣਨਾ ਆਇਆ, ਜੀਵਨ ਨਗਰ ਜਿਹੜਾ ਮਾਲ ਵਾਲੇ ਕਬੇਲੇ ਦੇ ਆਪਣੇ ਡੇਰੇ ਵਾਲੇ ਗੁਮਾ ਵਾਲੇ ਕਬੇਲੇ ਵਿੱਚ ਜਿਹੜਾ ਧਾਰ ਵੀ ਲੰਘਦਾ ਨਾ, ਉੱਥੇ ਉਹਦੀ ਗਊ ਸਾਰਿਆਂ ਨੂੰ ਅਖੀਰਲੇ ਪਾਸੇ ਜੀ ਉੱਥੇ ਉਹ ਪੱਠੇ ਪਾਉਂਦਾ। ਸਗੁਰੂ ਪ੍ਰਸਾਦ ਸਿੰਘ ਘੋੜੇ 'ਤੇ ਚੜੇ ਜਾਂਦੇ ਨੇ ਥੱਲੇ, ਉਹ ਨੀਵਾਂ ਥਾਂ ਹੈ ਰਾਹ ਜਿਹੜਾ, ਅਤੇ ਉਹਨੂੰ ਦਰਸ਼ਨ ਹੋਇਆ ਅਤੇ ਆਉਂਦੇ ਨੇ ਕਾਕਾ ਤੂੰ ਜਾਣਾ ਨਹੀਂ, ਇੱਥੇ ਬੜਾ ਸੁੱਖ ਲੈਣਾ, ਅਤੇ ਸੁਖਨੇ ਦਾ ਹੁਕਮ ਸੀ, ਕਿਰਪਾ ਕਰਕੇ ਪ੍ਰਸੀਦ ਆ ਗਈ। ਫਿਰ ਉਹ ਮਾਲ 'ਚੋਂ ਹੱਟ ਕੇ ਟਰੈਕਟਰ 'ਤੇ ਲੱਗਾ, ਟਰੈਕਟਰ 'ਚੋਂ ਹੱਟ ਕੇ ਜੀਪ 'ਤੇ ਲੱਗਾ, ਜੀਪ 'ਚੋਂ ਹੱਟ ਕੇ ਮੇਰੇ ਵਾਲੀ ਕਾਰ 'ਤੇ ਆ ਗਿਆ। ਇੱਕ ਉਹਦਾ ਮਾਮਾ ਹੈਗਾ ਫੌਜਾ ਸਿੰਘ ਕਿਸਾਨੀਆਂ ਕਰਕੇ, ਉਹਨਾਂ ਨੇ ਉਹਦਾ ਗੁਰਮੁਖਾ ਤੈਨੂੰ ਨਹੀਂ ਪਤਾ ਕਿ ਕਿੱਥੇ ਬੈਠਾ ਆ, ਸਾਨੂੰ ਬੜਾ ਗੁਰਦਾ ਵੀ ਧਿਆਨ ਰੱਖਦਾ ਆਪਣਾ ਜਿਹੜਾ ਤੇਰਾ ਥਾਂ ਬੜਾ ਵਧੀਆ, ਉਹ ਕਿਉਂ ਹੋਇਆ ਉਹ ਕਥਾ ਸੁਣਦੇ ਸਨ, ਪੁਰਾਣੇ ਮੁਸਾਵਰਾਂ ਨੂੰ ਦਰਸ਼ਨ ਹੋਇਆ ਪੁਰਾਣੇ ਨੂੰ, ਉਹ ਬਹੁਤ ਬੱਚੇ ਜਿਹੜੇ ਪੜ੍ਹਦੇ ਨੇ ਨਾ ਕਾਲਜਾਂ ਸਕੂਲਾਂ 'ਚ, ਜਿਹੜੀ ਬੋਲੀ ਉਹਨਾਂ ਨੇ ਫਰੈਂਚ ਪੜ੍ਹਨੀ ਹੈ, ਇੰਗਲਿਸ਼ ਪੜ੍ਹਨੀ ਹੈ, ਜਰਮਨੀ ਪੜ੍ਹਨੀ ਹੈ, ਉਹ ਵੇਖਦੇ ਨੇ ਮਾਹੌਲ ਕਿੱਥੇ ਹੈ ਬੋਲੀ ਬੋਲਣ ਦਾ, ਜਿੱਥੇ ਜਿਹੜੀ ਸਾਰੀ ਬੋਲੀ ਛੇਤੀ ਪੱਕ ਜਾਏਗੀ, ਉਸ ਮਾਹੌਲ ਵਿੱਚ ਰਹੋ, ਭਾਵੇਂ ਉਹ ਸਾਰੀਆਂ ਸੰਗਤ ਵਿੱਚ ਰਹੋ ਅਤੇ ਭਾਵੇਂ ਉਹਨਾਂ ਪੁਸਤਕਾਂ ਦੀ ਸੰਗਤ ਵਿੱਚ ਰਹੋ ਜਿੰਨਾ ਜੇ ਸਾਰੀਆਂ ਗੱਲਾਂ ਲਿਖੀਆਂ ਹੋਣ, ਨਾਰਾਇਣ ਹਰੀ ਉਪਦੇਸ਼ ਜ਼ਰੂਰ ਪੜ੍ਹਿਆ ਕਰੋ, ਤੁਹਾਨੂੰ ਜਿੱਥੇ ਵਕਤ ਮਿਲੇ ਥੋੜ੍ਹਾ ਬਹੁਤ ਆਪਣੇ ਘਰਾਂ 'ਚ ਲਿਆ ਕੇ ਰੱਖੋ, ਜ਼ਰੂਰ ਪੜ੍ਹੋ, ਹਿੰਦੀ 'ਚ ਅਤੇ ਪੰਜਾਬੀ 'ਚ ਵੀ ਹੈਗਾ, ਉਹਦੇ 'ਚ ਬਹੁਤ ਵਧੀਆ ਗੱਲਾਂ ਲਿਖੀਆਂ ਨੇ, ਕਥਾ ਪੁਰਾਣੀਆਂ ਵੀ ਲਿਖੀਆਂ ਨੇ, ਤਜਰਬੇ ਲਿਖੇ ਨੇ। ਸੋ ਅਸੀਂ ਅੱਜ ਕੱਲ੍ਹ ਇਹ ਜੀ ਕਰਦਾ ਮੈਨੂੰ ਕੋਈ ਸਰਦਾਰ ਆ ਕੇ ਜਾਂ ਮੈਨੂੰ ਕੋਈ ਮੈਂਬਰ ਪਾਰਲੀਮੈਂਟ ਆ ਕੇ ਜਾਂ ਮੈਨੂੰ ਕੋਈ ਇਹ ਆ ਕੇ ਬੜਾ ਖੁਸ਼ ਹੁੰਦੇ ਹਾਂ, ਲੇਕਿਨ ਨਹੀਂ, ਸਾਨੂੰ ਕੋਈ ਸਾਡੀ ਵੇਸ਼ ਪੂਜਾ ਵੀ ਸੰਤਾਂ ਦੀ ਹੋਵੇ ਅਤੇ ਸਾਡੇ 'ਚ ਗੁਣ ਸੰਤਾਂ ਵਾਲੇ ਹੋਣ, ਅਤੇ ਫਿਰ ਸਾਨੂੰ ਕੋਈ ਸੰਤ ਆ ਕੇ ਅਸੀਂ ਖੁਸ਼ ਹੋਈਏ, ਇਸ ਗੱਲ ਉਹ ਬਹੁਤ ਵਧੀਆ ਗੱਲ। ਉਦਾਸ ਨਹੀਂ ਹੋਣਾ ਚਾਹੀਦਾ ਅਤੇ ਆਸ ਨਹੀਂ ਛੱਡਣੀ ਚਾਹੀਦੀ, ਨਾਰਾਇਣ ਹਰੀ ਦੇਸ਼ ਤੁਸੀਂ ਅਤੇ ਸਾਧੂ ਦੀ ਕਥਾ ਲਿਖੀ, ਉਹਨੇ ਲਿਖਿਆ ਕਿ ਉਹ ਇੱਕ ਆਪਣੇ ਤੋਂ ਉੱਚੇ ਸਾਧੂ ਨੂੰ ਮਿਲਣ ਵਾਸਤੇ ਗਿਆ, ਉਹ ਇੱਕ ਤਰਕਤ ਲਈ ਬੈਠਾ ਸੀ, ਉਹਨੂੰ ਜਾ ਕੇ ਆਖਣ ਲੱਗਾ ਸਾਨੂੰ ਜੀ ਮੈਨੂੰ ਇਹ ਦੱਸੋ ਕਿ ਮੇਰੇ ਕਿੰਨੇ ਵੀ ਜਨਮ ਨੇ ਹੋਰ ਜੰਮਣ ਮਰਨਾ ਮੇਰਾ ਗੇੜ ਚੁੱਕਿਆ ਜਾਵੇ। ਉਹਨਾਂ ਆਖਿਆ ਜਿਹੜੇ ਇਹ ਦਰਖਤ ਦੇ ਪੱਤੇ ਨੇ ਨਾ ਜਿੰਨੇ, ਅਜੇ ਤੇਰੇ ਇੰਨੇ ਜਨਮ ਹੋਰ, ਉਹ ਨੱਚਣ ਲੱਗ ਪਿਆ। ਉਹਨੂੰ ਜੇ ਨਾਲੋਂ ਪੁੱਛਿਆ ਵੀ ਇਹਦੇ ਬੜੇ ਪੱਤੇ ਨੇ, ਤੂੰ ਬੜਾ ਖੁਸ਼ ਹੋ ਗਿਆ, ਹੁੰਦਾ ਇਹ ਤੇ ਪੱਤੇ ਗਿਣੇ ਜਾਣ ਵਾਲੇ ਨੇ, ਜੇ ਮੈਨੂੰ ਇਹ ਗੱਲ ਆ ਦਿੰਦਾ ਵੀ ਤੇਰੇ ਅਣਗਿਣਤ ਜਨਮ ਨੇ, ਮੈਂ ਕੀ ਕਰ ਸਕਦਾ। ਉਹ ਮਹਾਂਪੁਰਖ ਜਿਹੜੀ ਗੱਲ ਆਖਦੇ ਨਾ, ਉਹ ਗੱਲ ਉਸ ਤਰ੍ਹਾਂ ਹੋ ਜਾਂਦੀ ਹੈ,
ਕਿਸੇ ਹਰਨਾਮ ਸਿੰਘ 1956 ਦੇ ਹੋਲੇ ਵਿੱਚ ਹਰਨਾਮ ਸਿੰਘ ਸਿੰਘ ਸਭਿਆ ਸੀ ਮਹਾਰਾਜ ਨਿਹਾਲ ਸਿੰਘ ਉਹਨਾਂ ਨਾਲ ਘੋੜਿਆਂ ਨਾਲ ਵਪਾਰ ਕਰਦਾ ਸੀ। ਉਹ ਆ ਕੇ ਦੁਆਨ ਉਹਨੇ ਬੋਲਿਆ, ਉਹਨੇ ਆਖਿਆ ਮੈਂ ਬੰਦੇ ਨੂੰ ਮੱਥਾ ਨਹੀਂ ਟੇਕਦਾ, ਪਰ ਮੈਂ ਇਹਨਾਂ ਅੱਗੇ ਮੇਰਾ ਮੱਥਾ ਚੱਕੇ ਨਾ ਚੁੱਕ ਜਾਂਦਾ। ਉਹਨੇ ਆਖਿਆ ਇੱਕ ਗੱਲ ਯਾਦ ਰੱਖੋ, ਮਹਾਂਪੁਰਖ ਕਦੇ ਗਲਤ ਗੱਲ ਨਹੀਂ ਆਉਂਦੇ, ਪਰ ਜਿਹੜੀ ਉਹ ਗਲਤ ਗੱਲ ਆਖਦੇ ਉਹ ਗੱਲ ਸਹੀ ਹੋ ਜਾਂਦੀ। ਮੇਰੇ ਕੋਲ ਆਖ ਦਿੱਤਾ ਨਾ ਵੀ ਇੱਥੇ ਕੋਠਾ ਹੈਗਾ, ਜਾ ਕੇ ਕੋਠਾ ਨਹੀਂ, ਉਹ ਕੋਠੇ ਨਹੀਂ ਲੈਣਾ, ਉਹਨਾਂ ਦੀ ਗੱਲ ਸੱਚੀ ਰਹਿਣੀ। ਸੋ ਉਦਾਸ ਹੋਣ ਦੀ ਲੋੜ ਨਹੀਂ, ਸਭਰੇ ਪ੍ਰੋਗਰਾਮ ਕਰੋ। ਇਸ ਤਰ੍ਹਾਂ ਤੁਸੀਂ ਦਿਨ ਉਸਨੂੰ ਕਾਲਜ ਜਾ, ਉੱਥੇ ਇੰਨੀ ਪੜ੍ਹਾਈ ਕਰਕੇ ਇੰਨੀ ਨੌਕਰੀ ਨੌਕਰੀ ਮਿਲਦੀ ਨਹੀਂ ਕਈ ਵਾਰ, ਮੇਰੇ ਕੋਲ ਬੜੇ ਆਉਂਦੇ ਜਿਹੜੀ ਨੌਕਰੀ ਜਿਹਨਾਂ ਨੂੰ ਮਿਲਦੀ, ਪਰ ਉਹ ਛੱਡਦੇ ਨਹੀਂ, ਉਹਨਾਂ ਚਿੰਬੜੇ ਦੀ ਰੋਜ਼ਗਾਰ ਨਾਲ। ਇਸ ਤਰ੍ਹਾਂ ਜਿਹੜੀ ਸਾਡੀ ਪਕੜ ਹੈ ਨਾ, ਜੈਸੇ ਆਪਣੇ ਧਨ ਹੈ ਸਵਾਮੀ ਮਰ, ਜੈਸੇ ਆਪਣੇ ਧਨ ਹੈ ਪ੍ਰਾਣੀ ਮਰਨ ਮੰਡ ਹੈ, ਜੈਸੇ ਸੰਤ ਜਨਾ ਰਾਮ ਨਾਮ ਨਾ ਛੱਡਾ। ਮੈਂ ਇਹ ਅਰਥ ਕਰਦਾ ਪਰਮਸਕਾਰਯੋਗ ਸਾਧ ਸੰਗਤ, ਇੱਕ ਵਾਰ ਸਾਹਿਬ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਹ ਗੱਲ ਜਿਸ ਤਰ੍ਹਾਂ ਇੱਕ ਤੇ ਇੱਕ ਦੋ ਵਰਗੀ ਹੈ ਕਿ ਸਤਿਗੁਰੂ ਰਾਮ ਸਿੰਘ ਤੋਂ ਬਿਨਾਂ ਸਿੱਖ ਜਗਤ ਵਿੱਚ ਮਾਈਆਂ ਨੂੰ ਬਰਾਬਰਤਾ ਨਹੀਂ ਮਿਲੀ। ਇਤਿਹਾਸ ਤੋਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਵੇਲੇ ਵੀ ਮਾਤਾਵਾਂ ਨੂੰ ਕਛਹਿਰੇ ਨਹੀਂ ਪਾਏ ਗਏ। ਸਤਿਗੁਰੂ ਰਾਮ ਸਿੰਘ ਨੇ ਇਹ ਕੰਮ ਕੀਤੇ, ਬਹੁਤ ਸਾਰੇ ਕੰਮ ਕੀਤੇ ਜਿਨ੍ਹਾਂ 'ਚੋਂ ਇਹ ਬਹੁਤ ਵਧੀਆ ਕੰਮ ਸੀ। ਇਹਦੇ ਨਾਲ ਹੀ ਵਿਧਵਾ ਵਿਆਹ, ਹੋਰ ਦਾਜ ਵਗੈਰਾ ਜਾਂ ਘਰ ਵਿਆਹ ਕਰਨੇ, ਮੇਲਿਆਂ 'ਚ ਵਿਆਹ ਕਰਨ ਦਾ ਸਤਿਗੁਰਾਂ ਨੇ ਕਿਰਪਾ ਕੀਤੀ, ਰਸਮ ਤੋਰੀ। ਜਿਨ੍ਹਾਂ ਦੀ ਰੋਟੀ ਦੀ ਸਾਂਝ ਸੀ, ਉਹਨਾਂ ਦੀ ਬੇਟੀ ਦੀ ਸਾਂਝ ਸਤਿਗੁਰਾਂ ਨੇ ਬਣਾਈ। ਇੱਕ ਸਭ ਤੋਂ ਵੱਡੀ ਸਾਂਝ ਜਿਹੜੀ ਸਾਡੀ ਅੱਖੋਂ ਪਰੋਖੇ ਹੋ ਗਈ ਹੈ, ਸੋ ਸਤਿਗੁਰ ਵਾਹ ਵਾਹ ਜਿਹਨ ਹਰਸੇ ਜੋੜਿਆ, ਉਹ ਸਤਿਗੁਰਾਂ ਕਿਰਪਾ ਕੀਤੀ। ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵੀ ਸੁਣਦੇ ਹੋ ਕਿ ਉਹ ਗੁਜਰਾਂ ਵਾਲੇ ਵਾਲੀ ਮਾਈ ਜਿਹੜੀ ਸੀ ਨਾ, ਸੱਚੇ ਪਾਤਸ਼ਾਹ ਦਰਸ਼ਨ ਦੇਣ ਗਏ ਤਾਂ ਉਹਨੇ ਆਖਿਆ ਮੈਨੂੰ ਕਿਸੇ ਗੱਲ ਦਾ ਸੰਸਾ ਨਹੀਂ ਰਿਹਾ, ਮੇਰਾ ਸਰੀਰ ਜਦੋਂ ਮਰਜ਼ੀ ਚੱਲ ਜਾਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ, ਹੁਕਮ ਦਿੱਤਾ, ਜਿਹੜੇ ਲੋਕ 88,000 ਵਰ੍ਹਾ ਤਪ ਕਰਕੇ ਵੀ ਨਹੀਂ ਲੈ ਸਕੇ, ਸਤਿਗੁਰੂ ਰਾਮ ਸਿੰਘ ਨੇ ਉਹ ਚੀਜ਼ ਪ੍ਰਾਪਤ ਕਰਵਾਈ ਮਾਈਆਂ ਨੂੰ ਵੀ, ਸਿੱਖਾਂ ਨੂੰ ਵੀ। ਇਹ ਹੁਣ ਮਾਤਾਵਾਂ ਦਾ ਬੀਬੀਆਂ ਦਾ ਆਪਣਾ ਕੰਮ ਹੈ ਕਿ ਖੋਜ ਕਰਕੇ ਇਹ ਚੀਜ਼ਾਂ ਅੱਗੇ ਲਿਆਉਣ। ਕਿਸ ਤਰ੍ਹਾਂ ਦੀ ਅਨਸੂਆ ਮਾਤਾ ਸੀ, ਉਹਦੇ ਕੀ ਆਚਰਨ ਸਨ, ਮਾਈ ਕੌਸ਼ਕੀ ਕਿਸ ਤਰ੍ਹਾਂ ਦੀ ਸੀ, ਮਾਈ ਜਿਹੜੀ ਉਹ ਅਲਰਕ ਦੇ ਘਰੋਂ, ਉਹ ਅਨਸੂਆ ਅਲਰਕ ਮਾਈ ਮਦਾਲਸਾ ਕਿਸ ਤਰ੍ਹਾਂ ਦੀ ਸੀ, ਕਿਸ ਤਰ੍ਹਾਂ ਉਹਨੇ ਆਪਣੇ ਬੱਚਿਆਂ ਨੂੰ ਉਪਦੇਸ਼ ਦਿੱਤੇ ਅਤੇ ਸਾਧੂ ਬਣਾਇਆ। ਇਹ ਬੀਬੀਆਂ ਦਾ ਆਪਣਾ ਕੰਮ ਹੈ ਅਗਲੇ ਵੇਲਾ ਨੂੰ ਇਹ ਖੋਜ ਕਰਕੇ ਉਹਨਾਂ ਦੀ ਪੜਤਾਲ ਕਰ, ਉਹਨਾਂ ਦੇ ਜੀਵਨ ਲਿਆਉਣ। ਅਤੇ ਸਭ ਤੋਂ ਨੇੜੇ ਦੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸਭ ਤੋਂ ਨੇੜੇ ਦੀ ਗੱਲ, ਬਾਕੀ ਸਾਰਿਆਂ ਨੂੰ ਪਿੱਛੋਂ ਲਿਆ ਕੇ ਇੱਥੇ ਮੁਕਾਓ, ਭਈ ਮਾਈ ਹੁਕਮ ਕੌਰ ਜਿਹੜੀ ਵਿਰਿਆਂ ਦੀ ਸੀ, ਜਿਹਨੂੰ ਮਾਈ ਮਹਾਤਮਾ ਕਰਕੇ ਜਾਣਿਆ ਜਾਂਦਾ ਸੀ, ਉਹਨੂੰ ਸਗੁਰਾਂ ਨੇ ਸੂਬਾ ਵੀ ਬਣਾਇਆ ਸੀ। ਅਤੇ ਉਹ ਕਿੰਨੇ ਭਜਨ ਬਾਣੀ ਵਾਲੀ ਸੀ, ਜਿਨ੍ਹਾਂ ਨੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਰਾਜੇ ਨਾਭੇ ਵਾਲੇ ਦੇ ਘਰ ਜਿਹੜਾ ਕੁਝ ਹੋਣ ਵਾਲਾ ਉਹ ਲੜਕੀ ਹੋਵੇਗੀ, ਲੜਕਾ ਨਹੀਂ ਹੋਵੇਗਾ। ਪਰ ਉਸ ਮਾਈ ਨੇ ਆਖਿਆ ਸੀ ਲੜਕਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲੜਕਾ ਹੋਏਗਾ, ਅਤੇ ਉਹ ਰਾਜਾ ਉਹਦਾ ਨਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੋਈ ਸੀ, ਉਹਦਾ ਨਾਂ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਨਾਂ 'ਤੇ ਰੱਖਿਆ ਗਿਆ ਸੀ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਅੱਜ ਮੈਂ ਗਿਆ ਸਾਂ ਸਰਦਾਰ ਪ੍ਰੀਤਮ ਸਿੰਘ ਜੀ, ਜਿਹੜੇ ਭਾਪਾ ਕਰਕੇ ਜਾਣੇ ਜਾਂਦੇ ਨੇ, ਉਹਨਾਂ ਨੇ ਖਤਰੇ ਦੇਣੇ ਮੇਰੇ ਖਿਆਲ ਪਿੱਛੋਂ। ਉਹ ਹੈਗੇ ਤਾਂ ਨਾਮਧਾਰੀ ਨੇ,
ਪਰ ਉਹ ਆਮ ਤੌਰ 'ਤੇ ਦੂਜਿਆਂ ਵਿੱਚ ਵਿਚਰਨ ਕਰਕੇ ਨਾ ਉਹਨਾਂ ਦੀ ਦੱਖ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਨਹੀਂ ਜਾਪਦੀ ਵੀ ਉਹ ਨਾਮਧਾਰੀ ਨੇ। ਉਹਨਾਂ ਕੋਲ ਬੈਠਿਆਂ ਗੱਲਬਾਤ ਹੋਈ ਅਤੇ ਜਿਹੜੇ ਮੁਸੱਵਰ ਨੇ ਤਸਵੀਰਾਂ ਬਣਾਉਂਦੇ ਉੱਥੇ ਉਹਨਾਂ ਦੀ ਗੱਲਬਾਤ ਚੱਲੀ, ਸੁਭਾ ਸਿੰਘ ਉਹਨਾਂ ਦੀ ਗੱਲ ਚੱਲੀ। ਮੈਂ ਉਹਨਾਂ ਨੂੰ ਆਖਿਆ ਬਈ ਜਿਸ ਤਰ੍ਹਾਂ ਦੀਆਂ ਮੁਸੱਵਰ ਜੀ ਨੇ ਤਸਵੀਰਾਂ ਨਾਮਧਾਰੀ ਤਰੀਕੇ ਦੀਆਂ ਬਣਾਈਆਂ ਨੇ ਨਾ, ਉਹ ਤਸਵੀਰਾਂ ਹੋਰ ਕਿਸੇ ਕੋਲੋਂ ਨਹੀਂ ਬਣੀਆਂ। ਉਹ ਆਖਣ ਲੱਗੇ ਮੁਸੱਵਰ ਜੀ ਤਸਵੀਰਾਂ ਬੜੀਆਂ ਵਧੀਆ ਨੇ ਪਰ ਉਹਨਾਂ ਦੀ ਪ੍ਰਪੋਰਸ਼ਨ ਨਹੀਂ ਠੀਕ। ਇਹ ਠੀਕ ਹੈ ਵੀ ਪ੍ਰਪੋਰਸ਼ਨ ਨਹੀਂ ਠੀਕ, ਪਰ ਉਹਨਾਂ ਦੀ ਤਸਵੀਰਾਂ ਤੋਂ ਇਹ ਪਤਾ ਲੱਗਦਾ ਕਿ ਇਹ ਨਾਮਧਾਰੀ ਨੇ। ਸੋਭਾ ਸਿੰਘ ਹੋਰੀ ਮੁਸੱਵਰ ਜੀ ਦੇ ਉਸਤਾਦ ਸਨ ਵਰਿਆਮ ਸਿੰਘ ਹੋਰਾਂ ਦੇ। ਉਹਨਾਂ ਨੂੰ ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਹੀ ਕਰਦਾ ਵੀ ਉਹਨਾਂ ਨੂੰ ਸਰਦਾਰ ਏਕਮ ਸਿੰਘ ਬਰਮਿੰਗਮ ਵਾਲਿਆਂ ਨੇ ਆਖਿਆ ਵੀ ਇੱਕ ਤਸਵੀਰ ਬਣਾਓ ਜਿਹੜੀ ਗੁਰੂ ਰਾਮ ਸਿੰਘ ਦੀ ਚੀਨੀ ਘੋੜੀ ਦੇ ਉੱਤੇ ਹੋਵੇ। ਉਹਨਾਂ ਨੇ ਬੜੀ ਕਿਰਪਾ ਕੀਤੀ, ਤਸਵੀਰ ਬਣਾਈ ਅਤੇ ਉਹ ਫਿਰ ਤਸਵੀਰ ਵਿਖਾਉਣ ਵਾਸਤੇ ਮੈਨੂੰ ਭੈਣੇ ਸਾਹਿਬ ਲੈ ਕੇ ਆਏ। ਮੈਂ ਉਹਨਾਂ ਨੂੰ ਮੇਰੀਆਂ ਗੱਲਾਂ ਕਰਨ ਲਈ ਜੀ ਨਹੀਂ ਕਰਦਾ, ਉਹ ਬੜੇ ਤਕੜੇ ਉਸਤਾਦ ਸਨ ਅਤੇ ਬੜੇ ਵਧੀਆ ਆਦਮੀ ਸਨ, ਪਰ ਜਿਹੜੀ ਗੱਲ ਉਹ ਘੋੜੀ ਜਿਹੜੀ ਸੀ ਨਾ, ਘੋੜੀ ਦਾ ਹੀ ਸ਼ਕਲ ਵਿਲੈਤੀ ਘੋੜੀ ਵਰਗੀ ਬਣ ਗਈ। ਮੈਂ ਕਿਹਾ ਉਹ ਘੋੜੀ ਤਾਂ ਦੇਸੀ ਸੀ ਸਗੁਰਾਂ ਦੀ, ਉਹ ਵਿਲੈਤੀ ਨਹੀਂ ਸੀ ਘੋੜੀ। ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਜੋ ਕੁਝ ਮੇਰੀ ਸਮਝ ਸੀ ਉਹਦੇ ਮੁਤਾਬਕ ਉਹ ਘੋੜੀ ਨਹੀਂ ਠੀਕ ਬਣ ਸਕੀ। ਪ੍ਰਪੋਰਸ਼ਨ ਠੀਕ ਹੋ ਗਈ ਹੈ ਲੇਕਿਨ ਉਹ ਘੋੜੀ ਦੀ ਸ਼ਕਲ ਦੇਸ ਅੰਗਰੇਜ਼ੀ ਰਹੀ, ਘੋੜੀ ਦੀ ਸ਼ਕਲ ਨਹੀਂ ਅੰਗਰੇਜ਼ੀ ਦੇਸੀ ਬਣੀ। ਉਹਦਾ ਕਾਰਨ ਇਹ ਜਾਪਦਾ ਵੀ ਬਾਹਰ ਦੀ ਵਿੱਦਿਆ ਦਾ, ਬਾਹਰ ਦੇ ਪ੍ਰਭਾਵ ਦਾ ਸਾਡੇ ਮਨ 'ਤੇ ਬਹੁਤ ਅਸਰ ਹੈ ਅਤੇ ਉਸ ਕਰਕੇ ਸਾਡਾ ਧਿਆਨ ਉਸ ਪਾਸੇ ਜ਼ਿਆਦਾ। ਹੁਣ ਵੀ ਇੱਥੇ ਉਹ ਮੈਨੂੰ ਪਿੱਛੇ ਜਿਹੜੀ ਗੱਲ ਬਹੁਤ ਸਾਲ ਹੋ ਗਏ ਨੇ, ਸਰਦਾਰ ਕਿਰਪਾਲ ਸਿੰਘ ਹੋਰਾਂ ਵਾਸਤੇ ਵੀ ਦੱਸਿਆ ਗਿਆ, ਮੈਂ ਕੋਸ਼ਿਸ਼ ਕੀਤੀ ਸੀ ਉਹਨਾਂ ਕੋਲੋਂ ਵੀ, ਪਰ ਨਾਮਧਾਰੀ ਜਿਹੜੇ ਢੰਗ ਤਰੀਕਾ ਹੈ ਨਾ ਉਹ ਨਹੀਂ ਲੱਭ ਸਕਿਆ ਅਜੇ ਕਿਸੇ ਤੋਂ। ਇਹ ਸਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਸਾਨੂੰ ਭਾਰਤੀ ਬਣਨ ਦੀ ਸਿੱਖਿਆ ਦਿੱਤੀ। ਭਾਰਤੀ ਬਾਣੇ ਵਿੱਚ ਮੈਂ ਬੀਬੀਆਂ ਨੂੰ ਇਹ ਵੀ ਅੱਜ ਬੇਨਤੀ ਕਰਾਂਗਾ ਵੀ ਤੁਸੀਂ ਹੋਰ ਤੇ ਮੁਕਾਬਲੇ ਕਰਾਉਂਦੇ ਹੋ, ਜਿਸ ਤਰ੍ਹਾਂ ਪਜਾਮਾ ਚੂੜੀ ਵਾਲਾ ਸਹੀ ਕਿਹੜਾ ਸੁਥਣ ਜਿਹੜੀ ਹੈ ਉਹਦਾ ਮੁਕਾਬਲਾ ਜ਼ਰੂਰ ਹੋਣਾ ਚਾਹੀਦਾ। ਬਹੁਤ ਸਾਰੀ ਬੀਬੀਆਂ ਨੂੰ ਤਾਂ ਪਤਾ ਹੀ ਨਹੀਂ, ਉਹ ਢਿੱਲਾ ਜਿਹਾ ਪਜਾਮਾ ਹੁੰਦਾ ਥੱਲੇ, ਉਹ ਇਹ ਨਹੀਂ ਪਤਾ ਲੱਗਦਾ ਸਲਵਾਰ ਹੈ ਕਿ ਸੁਥਣ ਹੈ। ਸਾਡਾ ਪਹਿਰਾਵਾ ਸਹੀ ਤਰ੍ਹਾਂ ਪੂਰੇ ਢੰਗ ਦਾ ਹੋਣਾ ਚਾਹੀਦਾ। ਸਾਡੇ ਮੈਨੂੰ ਇੱਕ ਗੱਲ ਵਿੱਚ ਯਾਦ ਆ ਗਈ ਹੈ, ਇੱਕ ਸਰਦਾਰ ਚੰਨਣ ਸਿੰਘ ਹੋਰੀ ਸਨ, ਮੈਂ ਭੁੱਲਦਾ ਜੀ ਉਹਨਾਂ ਦਾ ਨਾਂ ਚੰਨਣ ਸਿੰਘ ਹੀ ਸੀ, ਬਰਾੜੇ ਦੇ ਜਿਹੜੇ ਬਰਾੜਾ ਚੰਨਣ ਸਿੰਘ ਬਰਾੜਾ ਜਿਹੜੇ ਪ੍ਰਧਾਨ ਬਣੇ ਸਨ ਇੱਕ ਵਾਰ, ਉਹ ਭੈਣੀ ਸਾਹਿਬ ਆਏ ਅਤੇ ਭੈਣੀ ਸਾਹਿਬ ਉਹ ਸਗੁਰਾਂ ਦੇ ਦਰਸ਼ਨ ਕਰਕੇ ਗਏ ਅਤੇ ਉਹਨਾਂ ਨੂੰ ਸਗੁਰਾਂ ਨੇ ਮਾਲਾ ਦਿੱਤੀ, ਉਹ ਮਾਲਾ ਗਲ 'ਚ ਪਾ ਕੇ ਰੱਖਣ ਅਤੇ ਉਹਨਾਂ ਦੇ ਭਾਈਚਾਰੇ ਨੇ ਆਖਿਆ ਉਹਨਾਂ ਨੂੰ ਵੀ ਤੂੰ ਇਹ ਮਾਲਾ ਕੁੱਕਿਆਂ ਦੀ ਕਿਉਂ ਪਾਈ ਹੈ। ਉਹਨੇ ਆਖਿਆ ਕੁੱਕਿਆਂ ਦੀ ਮਾਲਾ ਨਹੀਂ ਹੈ, ਆਖਿਆ ਇਹ ਹੋਰ ਕਿਹਦੀ ਆ। ਉਹਨੇ ਆਖਿਆ ਸਗੁਰਾਂ ਦੀ ਮਾਲਾ। ਉਹ ਹੋਰ ਜ਼ਿਆਦਾ ਔਖੇ ਇਸ ਗੱਲ ਤੋਂ ਵੀ ਤੂੰ ਸਗੁਰਾਂ ਹੈ, ਉਹਨਾਂ ਜਿਹੜੇ ਹੈਗੇ ਨੇ ਜੇ ਉਹਨਾਂ ਨੂੰ ਆਖਦੀ ਹੈ ਤਾਂ ਕੀ ਫਰਕ ਪੈਂਦਾ। ਫਿਰ ਉਹਨਾਂ ਨੇ ਆਖਿਆ ਵੀ ਉਹਨਾਂ ਦੇ ਸਿੰਬਲ ਨੇ, ਉਹਨਾਂ ਦੀਆਂ ਨਿਸ਼ਾਨੀਆਂ ਨੇ, ਗੜਵੇ, ਆਸਣ, ਪਊਏ, ਮਾਲਾ, ਇਹ ਸਗੁਰਾਂ ਦੀਆਂ ਨਿਸ਼ਾਨੀਆਂ ਨੇ, ਤੁਹਾਡੇ ਕੋਲ ਕੀ ਨਿਸ਼ਾਨੀ ਹੈ। ਸੋ ਸਾਡੀਆਂ ਇਹ ਨਿਸ਼ਾਨੀਆਂ ਨੇ, ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਕਿ ਹੁਣ ਤੁਸੀਂ ਇੱਕ ਮੈਨੂੰ ਤਾਰੀਖ ਨਹੀਂ ਯਾਦ ਜਦੋਂ ਪੀ ਵੀ ਨਰਸਿਮਾ ਰਾਓ ਆਏ ਨੇ ਨਾ ਦੌਰਾ ਕਰਕੇ ਬਾਹਰ ਦਾ, ਅਤੇ ਹਸਪਤਾਲ ਜੀ ਉਹਨਾਂ ਨੂੰ ਜਾ ਕੇ ਮਿਲੇ ਨੇ, ਸਵਾਗਤ ਕੀਤਾ, ਉਹਨਾਂ ਨੇ ਗਲ ਮਾਲਾ ਪਾਈ ਹੈ। ਪਤਾ ਨਹੀਂ ਉਹਨਾਂ ਨੇ ਗਲ ਕਿਵੇਂ ਰਹਿ ਗਈ ਮਾਲਾ, ਉਸ ਬਾਕੀ ਹੋਰ ਸੂਤ ਸਾਧ ਹੋਰ ਕਈ ਕੋਈ ਫੁੱਲਾਂ ਦੇ ਹਾਰ ਪਾਇਆ, ਉਹ ਸਾਰੇ ਲਾਹ ਤੇ ਉਹਨਾਂ ਨੇ ਉਹ ਮਾਲਾ ਪ੍ਰੈਸ ਰਿਪੋਰਟਰਾਂ ਨਾਲ ਗੱਲਾਂ ਕਰਦਿਆਂ ਉਹਨਾਂ ਦੀ ਹੈਗੀ ਬੜੀ ਵੱਡੀ ਸਾਰੀ ਫੋਟੋ ਉਹਨਾਂ ਦੀ, ਅਤੇ ਉੱਥੋਂ ਉਹ ਕੁਛ ਨਾ ਹੋਵੇ ਇਹ ਦਿਸਦਾ ਕਿ ਮਾਲਾ ਕਿਹਦੀ ਹੈ। ਉਹ ਨਿਸ਼ਾਨੀ ਸਾਡੀ ਜਿਹੜੀ ਸਗੁਰਾਂ ਨੇ ਸਾਡੀਆਂ ਨਿਸ਼ਾਨੀਆਂ ਕਾਇਮ ਕੀਤੀਆਂ ਨੇ, ਉਹਨਾਂ ਨੂੰ ਪੂਰੀ ਤਰ੍ਹਾਂ ਠੀਕ ਤਰ੍ਹਾਂ ਰੱਖਣਾ ਚਾਹੀਦਾ, ਸੋ ਪਜਾਮੇ ਚੂੜੀ ਵਾਲੇ ਵੀ ਪੂਰੀ ਤਰ੍ਹਾਂ ਠੀਕ ਹੋਣੇ ਚਾਹੀਦੇ ਨੇ। ਪੰਡਿਤ ਜੀ ਦੱਸ ਦਿੰਦੇ ਨੇ ਇੱਕ ਬਾਈ ਜਗੀਰ ਕੌਰ ਅਤੇ ਇੱਕ ਹੋਰ ਮਾਈ ਸੀ ਉੱਥੇ ਸ਼ਿਮਲੇ ਰਹਿੰਦੀਆਂ ਸਨ, ਪਜਾਮੇ ਚੂੜੀਆਂ ਵਾਲੇ ਸਨ ਅਤੇ ਹੋਰ ਅਤੇ ਬਾਈਆਂ ਬੀਬੀਆਂ ਜਾਂਦੀਆਂ ਸੀ, ਲੋਕ ਉਹਨਾਂ ਨੇ ਮੂੰਹ ਵੱਲ ਵਹਿੰਦੇ ਸਨ ਪਰ ਉਹਨਾਂ ਦੇ ਚਰਨਾਂ ਵੱਲ ਵਹਿੰਦੇ ਸਨ ਕਿਉਂਕਿ ਉਹਨਾਂ ਨੂੰ ਵੇਖਦੇ ਸਨ ਵੀ ਚੂੜੀ ਵਾਲੀ ਸੁੱਤਣ ਕਿੱਥੋਂ ਆ ਗਈ ਹੈ। ਇਹ ਸਗੁਰਾਂ ਦੀ ਵਰਦੀ ਦੀ ਕਿਰਪਾ ਹੈ। ਤੁਹਾਡੇ ਕੋਲ ਖੋਜ ਪੱਤਰ ਪੜਿਆ ਗਿਆ, ਸਪੀਕਰ 'ਤੇ ਆਵਾਜ਼ ਉੱਚੀ ਬੜੀ ਹੁੰਦੀ ਹੈ ਪਰ ਸਮਝ ਘੱਟ ਆਉਂਦੀ ਹੈ।
ਪਰ ਇੱਥੇ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਉਹਦੇ ਵਿੱਚ ਇਹ ਪੜ੍ਹਿਆ ਗਿਆ ਕਿ ਨਹੀਂ, ਜਿਹੜੀ ਬੀਬੀਆਂ ਦਾ ਸੰਮੇਲਨ ਸ਼ੁਰੂ ਹੋਇਆ ਉਹ ਕੀ ਕਾਰਨ ਸੀ, ਕਿੱਥੋਂ ਸ਼ੁਰੂ ਹੋਇਆ। ਜਿਹੜਾ ਮੈਨੂੰ ਪਤਾ ਨਾ ਉਹ ਬੀਬੀ ਦਾ ਕੀ ਨਾਂ ਹੈ, ਉਹ ਸਾਰਾ ਨਾਂ ਨਹੀਂ ਪਤਾ। ਬੇਬੀ ਉਸ ਨੂੰ ਆਖਦਾ ਨਾ ਜਿਹੜਾ ਅਮਰੀਕ ਸਿੰਘ ਜੰਮੂ ਵਾਲਾ ਨਾ, ਉਹਦੀ ਭੈਣ, ਉਹਨੇ ਉਹ ਚਿੱਠੀ ਇੱਕ ਲਿਖੀ ਸੀ ਮੇਰੇ ਨਾਂ 'ਤੇ ਕਿ ਤੁਸੀਂ ਮੁੰਡਿਆਂ ਦੇ ਸੰਮੇਲਨ ਕਰਦੇ ਹੋ ਜਿਹੜੇ ਦਾਜ ਦਹੇਜ ਦਾ ਜਾਂ ਰੌਲਾ ਪੈਂਦਾ ਹੈ, ਜਨਾਨੀਆਂ ਦੇ ਕੁੜੀਆਂ ਦੇ ਮਰਨ ਦਾ ਜਾਂ ਝਗੜੇ ਦਾ, ਉਹ ਸਾਰਾ ਜਨਾਨੀਆਂ ਦਾ। ਜਿਹੜੀ ਸੱਸ ਹੁੰਦੀ ਉਹ ਵੀ ਜਨਾਨੀ ਹੁੰਦੀ ਹੈ, ਅਤੇ ਜਿਹੜੀ ਕੁੜੀ ਹੁੰਦੀ ਨੂੰਹ ਹੁੰਦੀ ਉਹ ਵੀ ਜਨਾਨੀ ਹੁੰਦੀ ਹੈ, ਤੁਸੀਂ ਬੱਚਿਆਂ ਦਾ ਸੰਮੇਲਨ ਕਿਉਂ ਨਹੀਂ ਬੁਲਾਉਂਦੇ। ਮੈਨੂੰ ਜਿਸ ਤੱਕ ਚੇਤਾ ਉਸ ਤੋਂ ਬਾਅਦ ਉਹ ਸਾਲ ਮੈਨੂੰ ਨਹੀਂ ਪਤਾ, ਉਹ ਚਿੱਠੀ ਕਿਤੇ ਪਈ ਹੋਵੇ ਲੱਭ ਜਾਏ, ਮੈਨੂੰ ਪੂਰਾ ਨਹੀਂ ਪਤਾ। ਉਹ ਬੀਬੀ ਤਾਂ ਭਾਵੇਂ ਨਹੀਂ ਆਈ, ਪਰ ਉਹਦਾ ਉਹ ਬੀਜ ਬੀਜਿਆ, ਇਹ ਸੰਮੇਲਨ ਬੀਬੀਆਂ ਦਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ। ਇਹ ਖੋਜ ਤੁਹਾਡਾ ਕਰਨਾ ਕੰਮ, ਮੈਨੂੰ ਇਹ ਨਹੀਂ ਸਮਝ ਨਹੀਂ ਇਤਿਹਾਸ ਦੀ, ਇਤਿਹਾਸਕਾਰ ਕਰ ਸਕਦੇ ਨੇ, ਪਰ ਇਤਿਹਾਸਕਾਰਾਂ ਵਿੱਚ ਵੀ ਬਹੁਤ ਇਹ ਧਿਆਨ ਰੱਖਣਾ ਚਾਹੀਦਾ। ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣੋ ਭਈ, ਚੱਕਰਵਰਤੀ ਜੀ ਬਾਰੇ ਉਹਨਾਂ ਨੇ ਆਖਿਆ ਵੀ, ਹੁਣ ਸਾਰੇ 10-15 ਬੰਦਿਆਂ ਨੇ ਇਕੱਠਿਆਂ ਹੋ ਕੇ ਆਖਿਆ ਵੀ ਇਹ ਇਤਿਹਾਸ ਦਾ ਮਾਮਲਾ ਹੈ ਅਤੇ ਤੁਸੀਂ ਇਸ ਤਰ੍ਹਾਂ ਨਾ ਕਰੋ, ਇਕੱਠੇ ਬਹਿ ਕੇ ਵਿਚਾਰ ਕੇ ਗੱਲ ਕੀਤੀ ਜਾਵੇ। ਪਰ ਚੱਕਰਵਰਤੀ ਜੀ ਨੇ ਉਹ ਗੱਲ ਦਾ ਧਿਆਨ ਨਹੀਂ ਕੀਤਾ। ਸੱਚੇ ਪਾਤਸ਼ਾਹ ਆਖਿਆ ਵੀ ਮੈਨੂੰ ਉਹਨੇ ਲਿਖਿਆ ਵੀ ਤੂੰ ਮੇਰੇ 'ਤੇ ਜਬਰੀ ਕਰਦਾ, ਅਤੇ ਆਪਣੇ ਆਪ ਨੂੰ ਬੇਗੁਨਾਹ ਸਾਬਤ ਕੀਤਾ। ਹੁਣ ਵੀ ਇਸ ਤਰ੍ਹਾਂ ਹੀ ਸਾਡੇ ਨਾਮਧਾਰੀ ਇਤਿਹਾਸਕਾਰ ਜਿਹੜੇ ਨੇ, ਉਹਨਾਂ ਨੂੰ ਵਿਚਾਰ ਕੇ ਗੱਲ ਕਰਨੀ ਚਾਹੀਦੀ ਹੈ, ਆਪਸ 'ਚ ਬਹਿਸ ਮੁਬਾਸਾ ਕਰਕੇ ਅਤੇ ਲੋਕਾਂ ਨੂੰ ਤਮਾਸ਼ਾ ਵਿਖਾਉਣ ਵਾਲੀ ਗੱਲ, ਇਹ ਸਾਰਿਆਂ ਨੂੰ ਧਿਆਨ ਕਰਨਾ ਚਾਹੀਦਾ ਇਸ ਚੀਜ਼ ਦਾ। ਸੋ ਨਾਲ ਸਗੁਰਾਂ ਨੇ ਇਹ ਵੀ ਹੁਕਮ ਦਿੱਤਾ ਵੀ ਉਹ ਮੇਰੇ ਨਾਲੋਂ ਪਰ ਕਿੰਨੇ ਸਾਲ ਮੈਨੂੰ ਮਿਲਿਆ ਨਹੀਂ, ਉਹਨੂੰ ਨਾਮਧਾਰੀ ਇਤਿਹਾਸ ਭੁੱਲ ਗਿਆ, ਸਤਿਗੁਰੂ ਨੂੰ ਨਾ ਮਿਲਣ ਕਰਕੇ ਉਹਨੂੰ ਨਾਮਧਾਰੀ ਇਤਿਹਾਸ ਭੁੱਲ ਗਿਆ ਸਗੁਰਾਂ ਦੇ ਹੁਕਮ ਅਨੁਸਾਰ। ਸੋ ਇਸ ਪਾਸੇ ਬਹੁਤ ਧਿਆਨ ਦੇਣਾ ਚਾਹੀਦਾ ਕਿ ਜਿੰਨਾ ਕੋਈ ਗੁੜ ਪਾਵੇ ਮਿੱਠਾ ਉਨਾ ਹੀ ਹੁੰਦਾ। ਜਿੰਨੀ ਮੇਰਾ ਆਦਮੀ ਸਿਨਮੇ ਜਾਵੇ, ਉਹ ਬੱਚੇ ਰਾਹ ਵਿੱਚ ਤੁਹਾਨੂੰ ਸਿਨਮੇ ਦੇ ਗੀਤ ਗਾਉਂਦੇ ਮਿਲਣਗੇ, ਜਾਂ ਉਹਨਾਂ ਦੇ ਉਹ ਐਕਟਰ ਬਣਦੇ ਮਿਲਣਗੇ, ਮੁੰਬਈ ਚਲੇ ਜਾਣਗੇ, ਕੋਈ ਉੱਥੇ ਉਹਨਾਂ ਨੂੰ ਪ੍ਰਵਾਨ ਕਰੇ ਨਾ ਕਰੇ, ਅਤੇ ਖੱਜਲ ਹੁੰਦੇ ਫਿਰਨਗੇ, ਫਿਰ ਇਸ ਵਾਸਤੇ ਮੈਂ ਐਕਟਰ ਬਣਾ ਜਾਂ ਐਕਟਰੈਸ ਬਣਾ। ਕਿਉਂ ਹੁੰਦਾ? ਸੰਗਤ ਸਿਨਮੇ ਦੀ ਹੋ ਗਈ, ਸੰਗਤ ਉਹਨਾਂ ਸਾਧੂਆਂ ਦੀ, ਉਹਨਾਂ ਬੰਦਿਆਂ ਦੀ ਕੀਤੀ ਜਾਵੇ ਜਿਹੜੇ ਉੱਧਰੋਂ ਹਟਾਉਣ ਅਤੇ ਸਾਧ ਸੰਗਤ ਵਾਲੇ ਸਗਰੂ ਵਾਲੇ ਪਾਸੇ ਲਾਉਣ। ਉਹਨਾਂ ਪੁਸਤਕਾਂ ਦੀ ਸੰਗਤ ਕੀਤੀ ਜਾਵੇ, ਪੜ੍ਹਿਆ ਕਰੋ ਪੁਸਤਕਾਂ ਜਿਨ੍ਹਾਂ ਵਿੱਚ ਨਾਰਾਇਣ ਹਰੀ ਉਪਦੇਸ਼ ਲੈ ਕੇ ਪੜ੍ਹੋ, ਉਹਦੇ ਜਿਹੜੇ ਤੁਹਾਨੂੰ ਸਮਝ ਆਵੇ ਨਾ ਸਮਝ ਆਵੇ ਪੰਡਿਤ ਜੀ ਨੂੰ ਪੁੱਛੋ, ਹੋਰ ਜਿਹੜੇ ਸਿਆਣੇ ਬੰਦੇ ਉਹਨਾਂ ਨੂੰ ਪੁੱਛੋ ਵੀ ਇਸ ਗੱਲ ਦਾ ਕੀ ਮਤਲਬ ਹੈ। ਜਦੋਂ ਇੱਧਰ ਖੋਜ ਕਰੋਗੇ ਤਾਂ ਕੋਈ ਨਾ ਕੋਈ ਚੀਜ਼ ਜ਼ਰੂਰ ਲੱਭ ਜਾਏਗੀ। ਬੀਬੀਆਂ ਘਰਾਂ ਵਿੱਚ ਰੋਟੀਆਂ ਪਕਾਉਂਦੀਆਂ ਨੇ, ਖਾਣਾ ਬਣਾਉਂਦੀਆਂ ਨੇ, ਅਤੇ ਉਹਨਾਂ ਨੂੰ ਕੁਛ ਨਾ ਕੁਛ ਮਾਤਾ ਪਿਤਾ ਵੱਲੋਂ ਸਿੱਖਿਆ ਮਿਲਦੀ ਹੈ, ਪਰ ਉਸ ਤੋਂ ਬਾਅਦ ਜਦੋਂ ਉਹ ਕੰਮ ਕਰਨ ਲੱਗਦੇ ਨੇ ਉਹਨਾਂ ਨੂੰ ਆਪਣੇ ਆਪ ਪਤਾ ਲੱਗਦਾ ਜਾਂਦਾ ਵੀ ਇਹ ਖਾਣਾ ਜੇ ਮੈਂ ਇਸ ਤਰ੍ਹਾਂ ਬਣਾਵਾਂ ਤਾਂ ਇਹਦੇ ਨਾਲ ਵਧੀਆ ਬਣ ਜਾਏਗਾ। ਕਿਉਂ ਪਤਾ ਲੱਗਦਾ? ਕਿ ਉਹ ਕੰਮ ਕਰਨ ਲੱਗ ਪੈਂਦੀਆਂ ਨੇ। ਜੇ ਇੱਧਰ ਕੰਮ ਕਰੋਗੀਆਂ ਤਾਂ ਇਹ ਜ਼ਰੂਰੀ ਹੈ ਵੀ ਇਹ ਗੱਲ ਸਗਰਾਂ ਵਾਲੇ ਪਾਸੇ ਸਾਨੂੰ ਪਤਾ ਲੱਗ ਜਾਏਗਾ। ਪੁਰਾਣੇ ਨਾਮਧਾਰੀ ਜਿਹੜੇ ਸਾਨੂੰ ਇਹ ਦੱਸਦੇ ਸਨ ਕਿ ਜੇ ਇੱਕ ਘਰ 'ਚੋਂ ਨਾਮਧਾਰੀ ਹੈ ਨਾ, ਦੂਜੇ ਸਾਰੇ ਖੁੱਲ੍ਹੇ ਨੇ, ਅਤੇ ਜਦੋਂ ਉਹ ਗੜਵਾ ਆਪਣਾ ਸੋਧਾ ਰੱਖ ਕੇ ਜਾਂਦਾ ਸੀ ਨਾ, ਅਤੇ ਜੇ ਕੋਈ ਖੁੱਲ੍ਹਾ ਕਰ ਦਿੰਦਾ ਸੀ ਉਹਨੂੰ ਆਏ ਨੂੰ ਪਤਾ ਲੱਗ ਜਾਂਦਾ ਸੀ ਗੜਵਾ ਖੁੱਲ੍ਹਾ ਹੋ ਗਿਆ ਮੇਰਾ। ਉਹ ਸਿਰਫ ਇਸ ਵਾਸਤੇ ਕਿ ਉਹਦਾ ਧਿਆਨ ਹਰ ਚੀਜ਼ ਜਿਹੜਾ ਕੋਈ ਕਰਦਾ ਉਹ ਧਿਆਨ ਤੋਂ ਬਿਨਾਂ ਕੋਈ ਚੀਜ਼ ਨਹੀਂ ਹੁੰਦੀ। ਹਾਂ, ਸੰਤ ਗੁਲਾਬ ਸਿੰਘ ਹੋਰੀ ਵਰਨਾ ਦੇ ਸਨ। ਆਹ ਜਿਹੜਾ ਗੁਰਨਾਮ ਮੁੰਡਾ ਨਾ, ਗਾਮੀ ਗਾਮੀ ਜਿਹਨਾਂ ਨੇ ਹਾਕੀ ਖੇਡਦਾ, ਇਹਨਾਂ ਦੇ ਦਾਦੇ ਸਨ ਉਹ, ਅਤੇ ਉਹਨਾਂ ਦੇ ਭਾਂਡੇ ਜਿਹੜੇ ਸਨ ਨਾ, ਉਹਨਾਂ ਨੂੰ ਕਾਂ ਕੁੱਤੇ ਮੂੰਹ ਨਹੀਂ ਸਨ ਲਾਉਂਦੇ। ਹੋਰ ਭਾਂਡੇ ਪਿਆ ਉਹਨੇ ਲਾ ਦੇਣਾ, ਉਹਨਾਂ ਦੇ ਭਾਂਡਿਆਂ ਨੂੰ ਨਹੀਂ ਲਾਉਣਾ, ਉਹਨੂੰ ਕਿੱਥੋਂ ਪਛਾਣ ਆ ਜਾਂਦੀ ਸੀ? ਜਿਹੜਾ ਸਗਰੂ ਵਾਲਾ ਪਾਸਾ ਤਿਆਰ ਕਰਦਾ ਨਾ, ਤੁਸੀਂ ਪੜ੍ਹੋ ਫਰੀਦ ਨੂੰ, ਫਰੀਦ ਜੀ ਨੇ ਲਿਖਿਆ ਆਪ ਸਵਾਰ ਹੈ ਮੈਂ ਮਿਲਾ ਹੈ, ਆਪਣੇ ਆਪ ਨੂੰ ਸਵਾਰ ਕੇ ਮੈਨੂੰ ਮਿਲ। ਅਸੀਂ ਜਦੋਂ ਸਕੂਲ ਕਾਲਜ ਜਾਣਾ ਤਾਂ ਉਹਦੇ ਮੁਤਾਬਕ ਚੰਗੀ ਵਰਦੀ ਪਾ ਕੇ ਜਾਂ ਵਿਆਹ ਸ਼ਾਦੀਆਂ 'ਚ ਜਾ ਕੇ ਤਾਂ ਸਮਝ ਨਹੀਂ ਆਉਂਦੀ ਕਿਹੋ ਜਿਹੀਆਂ ਵਰਦੀਆਂ ਲੋਕ ਪਾ ਕੇ ਜਾਂਦੇ ਨੇ। ਪਰ ਉਹਨਾਂ ਨੇ ਲਿਖਿਆ ਆਪ ਸਵਾਰ ਹੈ ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਿਹਾ ਸਭ ਜਗ ਤੇਰਾ ਹੋਏ। ਸਭ ਜਗ ਦੇ ਵਿੱਚ ਬੰਦੇ ਹੀ ਨਹੀਂ ਆਉਂਦੇ, ਸਭ ਜਗ ਦੇ ਵਿੱਚ ਪਸ਼ੂ ਪੰਛੀ ਵੀ ਆ ਜਾਂਦੇ। ਉਹਨਾਂ ਨੂੰ ਸੱਪ ਨਹੀਂ ਵੜਦਾ, ਉਹਨਾਂ ਨੂੰ ਸ਼ੇਰ ਨਹੀਂ ਵੜਦਾ, ਉਹਨਾਂ ਨੂੰ ਕੋਈ ਦੁੱਖ ਨਹੀਂ ਆਉਂਦਾ, ਉਹਨਾਂ ਨੂੰ ਕਸ਼ਟ ਨਹੀਂ ਆਉਂਦਾ ਸਾਰੇ। ਉਹ ਸੰਤ ਗੁਲਾਬ ਸਿੰਘ ਹੋਰੀ ਇਸ ਤਰ੍ਹਾਂ ਦੇ ਸਨ, ਅਤੇ ਉਹਨਾਂ ਨੂੰ ਉਹ ਜਾਨਵਰ ਵੀ ਜਿਹੜੇ ਸਨ ਉਹ ਅਪਣਾਉਂਦੇ ਸਨ। ਸੋ ਤੁਸੀਂ ਇਸ ਪਾਸੇ ਧਿਆਨ ਦਿਓ। ਮੈਨੂੰ ਬੜੀ ਸੰਗ ਆਉਂਦੀ ਹੈ ਜਦੋਂ ਨਾ ਆਸਰੀ ਵਾਰ 'ਚ ਬੜੀ ਘੱਟ ਗਿਣਤੀ ਹੈ, ਸਵੇਰੇ ਆਸਰੀ ਵਾਰ ਦਿਨ ਚੜੇ, ਅੱਜ ਕੱਲ੍ਹ 5:30 ਸੂਰਜ ਚੜ੍ਹ ਜਾਂਦਾ, 5:20 ਸੂਰਜ ਚੜ੍ਹਦਾ ਅੱਜ ਕੱਲ੍ਹ,
ਸਾਡੇ ਰਾਗੀ ਸਿੰਘਾਂ ਨੂੰ ਪੁੱਛਿਆ ਕਿੰਨੇ ਵਜੇ ਸੂਰਜ ਪੜ ਚੜ੍ਹਦਾ, ਉਹਨਾਂ ਨੂੰ ਪਤਾ ਕੋਈ ਨਹੀਂ ਸੀ। ਪਤਾ ਹੋਣਾ ਚਾਹੀਦਾ ਵੀ ਸੂਰਜ ਜਿੰਨੇ ਵਜੇ ਚੜ੍ਹਦਾ ਉਸ ਵੇਲੇ ਚੰਡੀ ਦੀ ਵਾਰ ਦਾ ਪਾਠ ਕਰੋ। ਚੰਡੀ ਦੀ ਵਾਰ ਦੇ ਵਿੱਚ ਜਿਹੜੀ ਮਹਾਨਤਾ ਉਹ ਤਾਂ ਮੈਂ ਨਹੀਂ ਜਾਣਦਾ ਕੀ ਹੈ, ਪਰ ਜਿਹੜਾ ਸਤਿਗੁਰਾਂ ਦਾ ਹੁਕਮ ਹੈ ਨਾ ਚੰਡੀ ਦੀ ਵਾਰ ਪੜਨ ਦਾ, ਉਹਦੇ 'ਚ ਬਹੁਤ ਵੱਡੀ ਮਹਾਨਤਾ ਹੈ। ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਕਿ ਚੰਡੀ ਦੀ ਵਾਰ ਜ਼ਰੂਰ ਪੜਿਆ ਕਰੋ। ਅਸੀਂ ਇਹਨੂੰ ਇਸ ਹਿਸਾਬ ਨਾਲ ਆਖਾਂਗੇ, ਹੋਰ ਕਿਸੇ ਨੇ ਨਹੀਂ ਆਖਿਆ। ਵੇਖੋ ਮੈਂ ਆਖਿਆ ਚੰਡੀ ਦੀ ਵਾਰ ਪੜਿਆ ਕਰੋ, ਲੇਕਿਨ ਚੰਡੀ ਦੀ ਵਾਰ ਪੜ੍ਹਨ ਵਾਲੇ ਪਾਸੇ ਘੱਟ ਧਿਆਨ ਦੇਣਾ। ਇਹ ਗੱਲ ਆਖਣੀ, ਇਹ ਗੱਲ ਫਲਾਣੇ ਨੇ ਨਹੀਂ ਆਖੀ, ਵੇਖੋ ਮੈਂ ਆਹ ਗੱਲ ਆਖੀ, ਸਤਿਗੁਰੂ ਨੂੰ ਲਾਭੇ ਰੱਖ ਲੈਣਾ, ਆਪਣੀ ਗੱਲ ਵਿੱਚ ਠੋਕ ਦੇਣੀ ਹੈ। ਤਾਂ ਸਤਿਗੁਰਾਂ ਦਾ ਹੁਕਮ ਹੈ ਚੰਡੀ ਦੀ ਵਾਰ ਦਾ ਪਾਠ, ਸੂਰਜ ਦੀ ਟਿੱਕੀ ਨਿਕਲਦੀ ਨਾਲ ਉਹਦੀ ਅਰਦਾਸ ਹੋ ਜਾਵੇ, ਉਹ ਸਾਰੇ ਪੜ੍ਹਿਆ ਕਰੋ। ਚੰਡੀ ਦੀ ਵਾਰ ਪੜ੍ਹਨ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਉਹ ਇੱਕ ਬੀਬੀ ਨੇ, ਇੱਕ ਮਾਈ ਨੇ ਕਿੰਨਾ ਵੱਡਾ ਘੋਲ ਘੁਲਿਆ ਅਤੇ ਕਿੰਨੇ ਦੁਸ਼ਟਾਂ ਦਾ ਨਾਸ ਕੀਤਾ, ਉਹ ਵੀ ਤੁਹਾਡੇ ਵਿੱਚੋਂ ਸੀ। ਸੋ ਇਸ ਵਾਸਤੇ ਭਜਨ ਕਰਕੇ, ਬਾਣੀ ਪੜ੍ਹ ਕੇ, ਉਹਦੇ ਤੱਤ ਨੂੰ ਸਮਝ ਕੇ, ਸਭ ਤੋਂ ਜ਼ਰੂਰੀ ਚੀਜ਼ ਅੱਜ ਕੱਲ੍ਹ ਜਿਹੜੀ ਹੈ ਨਾ ਉਹ ਇਹ ਹੈ ਕਿ ਈਰਖਾ ਅਤੇ ਬਖੀਲੀ, ਦੁਆਇਸ਼, ਇਸ ਤੋਂ ਬਿਨਾਂ ਜਿਹੜੀ ਵੀ ਗੱਲ ਕੀਤੀ ਜਾਵੇ ਉਹ ਚੰਗੀ ਲੱਗੇਗੀ। ਇਹਨੂੰ ਹਟਾਓ ਤਕੜੇ ਹੋ ਕੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣੋ। ਸਤਿਗੁਰਾਂ ਨੇ ਹੁਕਮ ਦਿੱਤਾ ਕਿ ਦੁੱਖ ਸਾਨੂੰ ਆਪਣੀ ਬੇਵਕੂਫੀ ਨਾਲ ਹੁੰਦਾ। ਇਹ ਸਮਝ ਲਿਆ ਕਰੋ ਵੀ ਜਦੋਂ ਮੈਨੂੰ ਦੁੱਖ ਹੁੰਦਾ ਨਾ, ਇਹਦੇ 'ਚ ਮੇਰੀ ਬੇਵਕੂਫੀ ਹੈ ਕੋਈ। ਇਹਨਾਂ ਚੀਜ਼ਾਂ ਨਾਲ ਸਾਨੂੰ ਸੁੱਖ ਪ੍ਰਾਪਤ ਹੁੰਦਾ। ਤੁਸੀਂ ਗੁਰੂ ਨਾਨਕ ਨੂੰ ਪੜ੍ਹੋ, ਗੁਰੂ ਨਾਨਕ ਨੇ ਲਿਖਿਆ ਦੁੱਖ ਦਾਰੂ ਸੁੱਖ ਰੋਗ ਪਾਇਆ। ਜਦੋਂ ਦੁੱਖ ਹੋਵੇ ਨਾ ਸਮਝੋ ਸਾਡਾ ਇਲਾਜ ਹੋ ਰਿਹਾ, ਸਾਡਾ ਦਾਰੂ ਹੋ ਰਿਹਾ। ਅਤੇ ਜਦੋਂ ਸੁੱਖ ਹੋਵੇ ਨਾ ਸਮਝੋ ਸਾਨੂੰ, ਅਸੀਂ ਰੋਗੀ ਹੋਏ ਕੇ ਹੋਏ। ਸੋ ਇਹ ਕਰਕੇ ਉੱਠ ਕੇ ਸਣੇ ਕੇ ਇਸ਼ਨਾਨ ਕਰਕੇ, ਭਜਨ ਕਰਕੇ ਅਰਦਾਸ ਕਰਿਆ ਕਰੋ ਸਤਿਗੁਰਾਂ ਦੇ ਚਰਨਾਂ 'ਚ, ਵੀ ਸਾਨੂੰ ਆਪਣੇ ਮਾਰਗ 'ਤੇ ਚੱਲਣ ਦਾ ਬਲ ਬਖਸ਼ਿਓ, ਤਾਂ ਕਿ ਇਹ ਸੰਸਾਰ ਤੋਂ ਜਾ ਕੇ ਸੁਰਖਰੂ ਹੋ ਕੇ ਤੁਹਾਡੇ ਚਰਨਾਂ 'ਚ ਹਾਜ਼ਰ ਹੋ ਜਾਈਏ। ਮੈਂ ਇਹ ਵੀ ਇਸ ਕਰਕੇ ਆਪ ਤੋਂ ਸਾਡੇ 'ਚ ਬਹੁਤ ਸਾਰੇ ਬੰਦਿਆਂ ਨੂੰ ਇਹ ਬਹੁਤ ਖੁਸ਼ੀ ਹੋਈ ਹੈ ਇਸ ਗੱਲ ਦੀ, ਕਈ ਬੀਬੀਆਂ ਭਰਪੂਰ ਜਥੇਬੰਦੀ ਨਾਲ ਆਈਆਂ ਨੇ, ਅਤੇ ਕੁਛ ਇਸ ਤਰ੍ਹਾਂ ਦਾ ਰਸ਼ਕ ਵੀ ਹੋਇਆ ਉਹਨਾਂ ਨੂੰ, ਕੋਈ ਮੁੰਡੇ ਪਤਾ ਨਹੀਂ ਇੰਨੇ ਆਉਣੇ ਕਿ ਨਹੀਂ ਆਉਣੇ। ਅਤੇ ਮੈਨੂੰ ਇਸ ਤਰ੍ਹਾਂ ਜਾਪਦਾ ਵੀ ਬੀਬੀਆਂ ਨੇ ਪੂਰਾ ਜਥੇਬੰਦਕ ਤਰੀਕੇ ਨਾਲ ਕੰਮ ਕੀਤਾ ਹੈ। ਸ਼ਾਇਦ ਇਹਨਾਂ ਦੂ ਪ੍ਰਬੰਧਕਾਂ ਕੋਲੋਂ ਲੜਕਿਆਂ ਵਾਸਤੇ ਹੋਇਆ ਕਿ ਨਹੀਂ ਹੋਇਆ, ਉਹ ਤਾਂ ਹੁਣ ਆਇਆ ਤਾਂ ਪਤਾ ਲੱਗੇਗਾ। ਪਰ ਮੈਂ ਬੀਬੀਆਂ ਨੂੰ ਆਖਾਂਗਾ ਵੀ ਤੁਸੀਂ ਇਸ ਗੱਲ ਨੂੰ ਸੁਣ ਕੇ ਖੁਸ਼ ਤਾਂ ਹੋਵੋਗੀਆਂ ਜ਼ਰੂਰ, ਪਰ ਇਹ ਹੁਣ ਇੱਥੇ ਇੱਕ ਤਾਂ ਸਾਰੇ ਜਿਹੜੀਆਂ ਬੀਬੀਆਂ ਆਈਆਂ ਹੁਣ ਆਪਣੇ ਨਾਂ ਰਜਿਸਟਰ ਕਰਾਉਣ, ਤਾਂ ਕਿ ਪਤਾ ਲੱਗੇ ਕਿਹੜੀ ਕਿੰਨੀ ਬੀਬੀਆਂ ਆ ਗਈਆਂ ਨੇ। ਦੂਸਰਾ, ਸਾਰੇ ਸੰਮੇਲਨਾਂ ਵਿੱਚ ਪੂਰੀ ਤਰ੍ਹਾਂ ਭਾਗ ਲਓ, ਇਹ ਉਮਰ ਤੁਹਾਨੂੰ ਥੋੜ੍ਹੇ ਜਿਹਾ ਨੂੰ ਨਹੀਂ ਲੱਭਣੀ। ਇਹਨੂੰ ਠੀਕ ਢੰਗ ਨਾਲ ਚੰਗੇ ਪਾਸੇ ਵਰਤੋਂ ਤਗੜੀਆਂ ਕਰ, ਤਗੜੇ ਹੋ ਕੇ ਭਜਨ ਬਾਣੀ ਵਾਲੇ ਪਾਸੇ ਚੰਗੇ ਵਿਚਾਰਾਂ ਨੂੰ ਵਿਚਾਰਨ ਵਾਸਤੇ ਪੂਰਾ ਵਕਤ ਦਿਓ ਇਸ ਪਾਸੇ। ਮੈਨੂੰ ਇੰਨਾ ਪਤਾ ਵੀ ਜਦੋਂ ਪਹਿਲੇ ਸੰਮੇਲਨ ਹੋਏ ਨੇ, ਜੇ ਕਿਤੇ ਉਹਨਾਂ ਦਾ ਰਿਕਾਰਡ ਬਣਿਆ ਹੁੰਦਾ ਤਾਂ ਪਤਾ ਲੱਗ ਜਾਂਦਾ ਵੀ ਮੈਂ ਉਸ ਉਮਰ 'ਚ ਕਿੰਨਾ ਕੰਮ ਕਰ ਸਕਿਆ ਤੁਹਾਡੇ ਸੰਮੇਲਨ ਵਾਸਤੇ। ਬਸ ਐਂ ਪਛਾੜਾ ਸਕਦਾ ਵੀ ਇਹ ਲੱਗਦਾ ਸੀ ਤਾਂ ਮੁੜ ਕੇ ਫਿਰ ਆ ਜਾਣਾ ਤੁਹਾਡੇ ਕੋਲ। ਤੁਸੀਂ ਤਗੜੇ ਹੋ ਕੇ ਇਸ ਉਮਰ ਨੂੰ ਚੰਗੀ ਤਰ੍ਹਾਂ, ਇੱਥੋਂ ਉੱਠ ਕੇ ਨਹੀਂ ਜਾਣਾ, ਪੂਰੇ ਸੰਮੇਲਨ ਦੇ ਵਿੱਚ ਚੰਗੀ ਤਰ੍ਹਾਂ ਭਾਗ ਲੈਣਾ ਸਾਰਾ। ਪਿਆਰ ਦਾ ਜਿਹੜੇ ਤੱਕ ਮਾਈਆਂ ਵੀ ਅਤੇ ਸਿੰਘ ਵੀ ਆਉਂਦੇ ਰਹੇ, ਜਿਹੜਾ ਇਹ ਕੋਸ਼ਿਸ਼ ਕਰਿਆ ਕਰੋ ਭਾਈ ਸੂਰਜ ਚੜ੍ਹਨ ਤੋਂ 1 ਘੰਟਾ ਪਹਿਲਾਂ ਆਉਣੋ ਹਟ ਜਾਇਆ ਕਰੋ, ਉਹ ਤੋਂ ਪਹਿਲਾਂ ਆ ਜਾ ਕਰੋ। ਇਹਦਾ ਇਹ ਨਹੀਂ ਮਤਲਬ ਵੀ ਸੂਰਜ ਚੜ੍ਹਨ ਤੋਂ 1 ਘੰਟਾ ਪਹਿਲਾਂ ਫਿਰ ਮੁੜ ਕੇ ਸੁੱਤੇ ਰਹੋ, ਲੇਕਿਨ ਉਹ ਇਸ ਪਾਸੇ ਆਉਣ ਦੀ ਗੱਲ। ਅਤੇ ਚੰਡੀ ਜਵਾਰ ਦਾ ਮਹਾਤਮ ਜਿਹੜਾ ਸਤਿਗੁਰਾਂ ਨੇ ਦਿੱਤਾ ਉਹ ਤਾਂ ਹੈਗਾ ਹੀ ਹੈ, ਪਰ ਜੇ ਚੰਡੀ ਜਵਾਰ ਸੂਰਜ ਤੋਂ ਪਹਿਲਾਂ ਪੜ੍ਹਨੀ, ਘੱਟ ਤੋਂ ਘੱਟ ਅੱਧਾ 1.5 ਘੰਟਾ ਪਹਿਲਾਂ ਉੱਠੇਗਾ ਰੇ ਪੜ੍ਹੇਗਾ ਨਾ, ਅਤੇ ਤੜਕੇ ਉੱਠਣ ਦੇ ਬਹੁਤ ਮਹਾਤਮ ਨੇ। ਇਹਨੂੰ ਬ੍ਰਹਮ ਮਹੂਰਤ ਆਉਂਦੇ ਨੇ, ਜਿਹਦੇ ਵਿੱਚ ਅਸਾਂ ਲੀਨ ਹੋਣਾ ਨਾ, ਉਹ ਮਹੂਰਤ ਹੈ। ਉਹਦੇ ਵਿੱਚ ਉੱਠਿਆ ਉਂਝ ਹੀ ਆਦਮੀ ਠੀਕ ਹੋਏ। ਤੁਸੀਂ ਇਹ ਵੇਖ ਲਓ ਵੀ ਤੜਕੇ ਉੱਠ ਕੇ ਤੁਰਨ ਵਾਲਾ ਆਦਮੀ, ਜਿਹੜਾ ਤੜਕੇ ਉੱਠ ਕੇ ਪੈਦਲ ਤੁਰਦਾ, ਗੱਡੀ ਲੈ ਕੇ ਤੁਰਦਾ, ਉਹਦੇ ਨਾਲ ਦੂਜਾ ਦਿਨ ਚੜੇ ਰਲ ਹੀ ਨਹੀਂ ਸਕਦਾ। ਮੈਂ ਸਵੇਰੇ ਸਵਖਤੇ ਪ੍ਰੀਤਮ ਸਿੰਘਾਂ ਵੱਲ ਗਿਆ ਸਾਂ ਇਸ ਵਾਸਤੇ ਬਈ ਜੇ ਸਵੇਰੇ ਸਵੇਰੇ ਜਾ ਆਈਏ ਤਾਂ ਭੀੜ ਘੱਟ ਹੋਏਗੀ ਅਤੇ ਛੇਤੀ ਕੰਮ ਹੋ ਜਾਏਗਾ। ਸਵੇਰੇ ਸਵੇਰੇ ਕਰਨ ਦਾ ਬਹੁਤ ਸਾਰੇ ਕੰਮ ਕਰਕੇ ਜਿਹੜੇ ਉਹ ਠੀਕ ਹੋ ਜਾਂਦੇ ਨੇ। ਸੋ ਇਹਦੇ ਵਾਸਤੇ ਹੁਣ ਪੂਰੀ ਤਰ੍ਹਾਂ ਹਿੱਸਾ ਲਓ ਸਾਰੇ ਸੰਮੇਲਨਾਂ ਵਿੱਚ। ਗੱਲਾਂ ਕਰਦੇ ਹਾਂ
ਸਾਡੇ ਜੀਵਨ ਵਿੱਚ ਚਲਾਈ ਪਰ ਪੁਰਾਣੀਆਂ ਕਹਾਣੀਆਂ ਟੁੱਟ ਕਰੀਆਂ ਇਹਨੇ ਵੱਡਿਆਂ ਦੀਆਂ ਕਹਾਣੀਆਂ ਜਿਹੜੀਆਂ ਟੁੱਟਾ ਤੋੜਾ ਦਿੱਤੀਆਂ ਮੈਂ ਤੈਨੂੰ ਜਿਹੜਾ ਮੇਰੇ ਖਤਮ ਹੋਇਆ ਮੇਰੇ ਜੀ ਕਰਦਾ ਜਿਹੜੀਆਂ ਗੱਲਾਂ ਤੁਹਾਨੂੰ ਲੈ ਕੇ ਜਾਣ ਵਾਲੀਆਂ ਨੇ ਤਾਂ ਉਹਨਾਂ ਦੇ ਹੁਕਮ ਖਾਤੇ ਇੱਕ ਦੇ ਉਹਨਾਂ ਨੂੰ ਅਸੀਂ ਧਾਰਨ ਕਰ ਸਕੀਏ ਮੈਂ ਥੋੜ੍ਹੀ ਜਿਹੀ ਗੱਲਾਂ ਆਡੀਓ ਵੀ ਥੋੜ੍ਹੀ ਜਿਹੀ ਮੈਂ ਚਾਹੁੰਦਾ ਵੀ ਹਾਂ ਕਿ ਥੋੜ੍ਹੀ ਜਿਹੀ ਗੱਲਾਂ ਦੱਸੀਆਂ ਜਾਂ ਇਹ ਯਾਦ ਹੈ ਜਿੰਨਾ ਕੋਈ ਅਮਲ ਕੀਤਾ ਜਾ ਰਿਹਾ ਬਾਣੀ ਸਾਰੀ ਵਿੱਚ ਸਿੱਖ ਅਤੇ ਗੁਰੂ ਦਾ ਸੰਬੰਧ ਜਿਹੜਾ ਹੈ ਉਹ ਇਸਤਰੀ ਪਰਚਾ ਦੱਸਿਆ ਜਿਵੇਂ ਕਈ ਗੱਲਾਂ ਕਿਤੋਂ ਲਿਆ ਕੇ ਪ੍ਰਮਾਣ ਨੂੰ ਲੈ ਕੇ ਜਿਹੜਾ ਹੈ ਜਿਸ ਤਰ੍ਹਾਂ ਦਮਦਮਾ ਸਾਹਿਬ ਪਾਸੇ ਰਹਿੰਦਾ ਹੈ ਗੁਰੂ ਦੀ ਕਾਸ਼ੀ ਹਿੰਦੂਆਂ ਨੂੰ ਉਸਨੂੰ ਨਜ਼ਰ ਕਰਦੇ ਹਾਂ ਬੜੀ ਵਾਰ ਇਹ ਗੱਲ ਹੈ ਜਿਹੜੀ ਸਾਰੇ ਸਿੱਖ ਆਉਂਦੇ ਨੇ ਗੁਰੂ ਦੀ ਕਾਸ਼ੀ ਕਾਸ਼ੀ ਤੋਂ ਆਇਆ ਉੱਥੇ ਪੜ੍ਹਾਈ ਹੁੰਦੀ ਉੱਥੇ ਬਹੁਤ ਦਿਲ ਸਦਾਇਆ ਗੁਰੂ ਜੀ ਦਾ ਉਹਨੂੰ ਇਸ ਕਰਕੇ ਚੰਗਾ ਮੰਨਿਆ ਗਿਆ ਇਸ ਕਰਕੇ ਉਹਦਾ ਨਾਮ ਗੁਰੂ ਜੀ ਦਾ ਰੱਖਿਆ ਗਿਆ ਉਸੇ ਤਰ੍ਹਾਂ ਸਿੱਖ ਗੁਰੂ ਦਾ ਜਿਹੜਾ ਸੰਬੰਧ ਹੈ ਉਹ ਇਸਤਰੀ ਪਰਚਾ ਦੱਸਿਆ ਗਿਆ ਇਸਤਰੀ ਪਰਚਾ ਸੰਬੰਧ ਇਹ ਹੈ ਇਸਤਰੀ ਰੂਪ ਮੇਰੀ ਵੀ ਨਹੀਂ ਹੈ ਬਾਕੀ ਜਿਹੜੇ ਇਹਨਾਂ ਦੇ ਵਿੱਚ ਹੈ ਉਹ ਬੀ ਏ ਕਰ ਲੈ ਆਈ ਏ ਐਸ ਕਰ ਲੈ ਬੀ ਜੇ ਬਣ ਜਾਵੇ ਬਿਲਕੁਲ ਸ਼ੋਭਾ ਨਹੀਂ ਦਿੰਦੇ ਤੇ ਉਹ ਵਿਆਹ ਨਹੀਂ ਕਰਾਉਂਦੀ ਪੱਕੀ ਵਾਰ ਨਹੀਂ ਬਣ ਅੱਜ ਕੱਲ੍ਹ ਦੇ ਅੱਧੇ ਨਾ ਸਾਰੀ ਲੜਕੀਆਂ ਕਿੰਨੀਆਂ ਪੜ੍ਹਾਉਂਦੇ ਆ ਅਤੇ ਉਹ ਕਿਸੇ 'ਤੇ ਡਿਪੈਂਡ ਨਾ ਕਰ ਕਿਸੇ ਦੇ ਆਸਰੇ ਨਾ ਸਾਡੇ ਜੀਵਨ ਜਾਂ ਗੁਰਬਾਣੀ ਦੇ ਅਨੁਸਾਰ ਜੋ ਹੁਕਮ ਦਿੱਤੇ ਹੈ ਉਹ ਸਾਨੂੰ ਦੱਸਿਆ ਕਿ ਕਿਸੇ ਵੀ ਰੂਪ ਜਿਹੜੀ ਕਿ ਨਿਆਇ ਉਹ ਬੜੇ ਹੀ ਬਿਲਕੁਲ ਸਾਰੇ ਜਿਹੜਾ ਇਹ ਮਤਲਬ ਵੀ ਬੱਚੀਆਂ ਪੜ੍ਹਨ ਪੜ੍ਹਨ ਜਿਹੜੀਆਂ ਬੱਚੀ ਹੈ ਸਾਰਿਆਂ ਦੇ ਉੱਤੇ ਉਸ ਪੜ੍ਹਾਈ ਦੀ ਸਭ ਦਾ ਅਸਰ ਨਹੀਂ ਪਾਉਂਦੇ ਜਾਂ ਸਾਨੂੰ ਜਿਹੜਾ ਰੱਖਿਆ ਕੀਤਾ ਹੈ ਇਸ ਵਾਰ ਕੀਤਾ ਹੈ ਵੀ ਸਾਡੇ ਆਪਣੇ ਪੈਰ ਕਿਹੜੇ ਉਹ ਪੈਰ ਆਪਣੇ ਬਰਾਬਰ ਉਹ ਪੈਰ ਨੇ ਗੁਰਮਤ ਦੇ ਲੋਕੀ ਸਾਡੇ ਬਲਤ ਹੁੰਦੇ ਇੰਨਾ ਵੱਡਾ ਇਤਿਹਾਸ ਹੈ ਭਾਰਤ ਦਾ ਬੜਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਬੜਾ ਕੁਛ ਕੀਤਾ ਹੈ ਸਤਿਗੁਰੂ ਰਾਮ ਸਿੰਘ ਦਾ ਇਤਿਹਾਸ ਇਉਂ ਹੈ ਜਿਵੇਂ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਅਤੇ ਗੁਰਦਾਸਪੁਰ ਗਏ ਅਤੇ ਉੱਥੇ ਪੀਰਾਂ ਦਾ ਬਹੁਤ ਵੱਡਾ ਗੜ੍ਹ ਉਹਨਾਂ ਨੇ ਦੁੱਧ ਦਾ ਟੱਕਣਾ ਭਰ ਕੇ ਲਿਆ ਕੇ ਉਹਨੂੰ ਫਿਰ ਗੁਰੂ ਨਾਨਕ ਦੇ ਅੱਗੇ ਰੱਖ ਦਿੱਤਾ ਉਹਦਾ ਮਤਲਬ ਇਹ ਕਿ ਗੁਰਤਾਨ ਗੁਰੂ ਕਹਿ ਲਿਆ ਕਿ ਪੀਰੀ ਪੁਰ ਗੁਰਤਾਨ ਉਹ ਇੰਨਾ ਭਰ ਕੇ ਰੱਖ ਦਿੱਤਾ ਗੁਰੂ ਸਾਹਿਬ ਸਮਝ ਗਏ ਜੋ ਵਧੀਆ ਅੰਦਰ ਜਾਵੇ ਨਾ ਇੰਨਾ ਭਰਦਾ ਮਤਲਬ ਇਹ ਹੈ ਕਿ ਇੱਥੇ ਅੱਗੇ ਜਿੰਨਾ ਭਰਿਆ ਉੱਥੇ ਤੂੰ ਕਿਸੇ ਬਹਿ ਤੁਹਾਡੇ ਵਾਸਤੇ ਵੀ ਤਾਂ ਆਪਣੇ ਆਪਣੇ ਆਪ ਨੂੰ ਕਰਕੇ ਦੱਸਿਆ ਇੱਕ ਨਾ ਭਈਆ ਹੁਣ ਕਰ ਸੋਭਾ ਮੇਰਾ ਸਭ ਜਾਗਰ ਔਰ ਇਸ ਪਾਸੋਂ ਉਹ ਮੋਹਨ ਜੀ ਦੇ
ਕੱਢਿਆ ਗਿਆ ਫਿਰ